जस टीवी देख रहे हो, तुसीं मैं केपी सिंह तुहाडा स्वागत करता। बरगाड़ी मोर्चा 192 दिन चलिया, 1 जून तो शुरू होया सी, 192 दिन बाद खत्म हो गया। यह मोर्चा खत्म होया तो दावा किया गया कि सरकार ने बहुतियां मंगा ते सहमति जताई है, तो जल्दी उन्हां मंगां नूं जमीन ते उतारा जाएगा। ये दावे किए गए, इन्हां दावे दे विचाले ये सोचा गया कि मंगलवार को शुकराना अदा किया जाएगा, गुरु घर जाया जाएगा। उत्थे जाया भी गया पर अमृतसर की धरती से एक वखरेवा भी सामने आ गया। उत्थे मतवाई जथेदार बलजीत सिंह दादूवाल ने कहा कि तानाशाही बर्दाश्त नहीं की जाएगी, मनमर्जी की है जथेदार ध्यान सिंह मांड ने। जथेदार ध्यान सिंह मांड इस तो पहला बयान देंगे है कि सब कुछ ठीक हैगा, सारे इकट्ठे है कि उन्होंने आपका काम सीगा, इस करके वो नाल नहीं आए गए। इन्होंने सारे सवालों के विचाले बरगाड़ी मोर्चे पर सवाल बहुत सारे उठे है, उन्होंने सवालों का जवाब समय समय से दिता गया। कहते एक पड़ा खत्म हो गया, अगला पड़ा शुरू होने वाला, पर असं एक सवाल पूछा कि बरगाड़ी मोर्चे ते सुर वखरे क्यों होया, ते बरगाड़ी मोर्चे ते किस दी तानाशाही चली है। मोर्चा ते मतभेद क्यों शुरू हो गए, ते अज बहस जिन्हां बिंदुआं ते कर रहे हां, तुहानूं दस दईए कि मुख्य बिंदु किहड़े हैगे। 192 दिन बाद बरगाड़ी मोर्चा मकौन ते मतवाजी जथेदार रामो साहब ने हो गया, सूबा सरकार नाल सहमति दावे तो बाद मंड ते दादूवाल विच वखरेवें दिखे है। जथेदार बलजीत सिंह दादूवाल ने जथेदार ध्यान सिंह मंड नूं तानाशाह दस्सिया, ते नाल दादूवाल ने यह भी कहा कि बरगाड़ी मोर्चे दीआं प्राप्तियां तां ने पर मंड ने काली कीते, मोर्चा खत्म नहीं होया, इसका अगला पड़ा होगा। यह भी ध्यान सिंह मंड ने कहा कोई नाराजगी नहीं, 20 दिसंबर नूं पुछियो दादूवाल नाल है जां नहीं, यह भी ध्यान सिंह मंड होरां ने कहा। ते बयानबाजी किहड़ी होई है अमृतसर तो फिरोजपुर तक, ਪਹਿਲਾਂ ਸੁਣ ਲਈਏ। ਦਾਦੂਵਾਲ ਸਾਹਿਬ ਦੇ ਅੱਜ ਦੀਵਾਨ ਨੇ ਪਹਿਲਾਂ ਤੋਂ ਸੀਗੇ, ਇਸ ਕਰਕੇ ਨਹੀਂ ਆਏ, ਨਾ ਦਾਦੂਵਾਲ ਵੱਖਰਾ, ਨਾ ਹਵਾਰਾ ਵੱਖਰਾ, ਨਾ ਜਥੇਦਾਰ ਅਜਨਾਲਾ ਵੱਖਰਾ। ਬਿਲਕੁਲ ਇਸੇ ਗੱਲ ਦੀ ਨਾਰਾਜ਼ਗੀ ਹੈ ਜਥੇਦਾਰ ਮੰਡ ਸਾਹਿਬ ਦੇ ਨਾਲ ਕਿ ਉਹਨਾਂ ਕਾਹਲੀ ਕੀਤੀ ਹੈ, ਥੋੜ੍ਹਾ ਸਮਾਂ ਹੋਰ ਬਹਿ ਜਾਂਦੇ ਜਦੋਂ ਰਿਹਾਈਆਂ ਹੋ ਰਹੀਆਂ ਨੇ ਜਾਂ ਸੜਾ, ਅਤੇ ਉਹ ਆ ਲੈਣ ਦਿੰਦੇ ਉਹਨਾਂ ਨੂੰ, ਕੋਈ ਇੰਨੀ ਕਾਹਲੀ ਨਹੀਂ ਸੀ। ਜਿੱਥੇ 6.5 ਮਹੀਨੇ ਹੋ ਗਏ, ਔਰ ਇਹ ਬਰਗਾੜੀ ਕਾਂਡ ਜਿਹੜਾ ਹੈ ਬੇਅਦਬੀ ਕਾਂਡ ਸੀ, ਸਭ ਤੋਂ ਵੱਡੀ ਇਸ ਮੋਰਚੇ ਦੀ ਪ੍ਰਾਪਤੀ ਹੈ ਕਿ ਬਰਗਾੜੀ ਕਾਂਡ ਦੇ ਬੇਅਦਬੀ ਦੇ ਦੋਸ਼ੀ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ, ਜਿਹਨਾਂ ਖੁਦ ਜਾ ਕੇ ਅਦਾਲਤ ਦੇ ਵਿੱਚ ਕਬੂਲ ਕਰ ਲਿਆ, ਨਾ 1.5 ਸਾਲ ਦੀ ਬਾਦਲ ਸਰਕਾਰ 'ਚ ਫੜੇ ਗਏ ਸੀ, ਨਾ 1.5 ਸਾਲ ਦੀ ਕੈਪਟਨ ਸਰਕਾਰ 'ਚ, ਜਦੋਂ ਮੋਰਚਾ ਲੱਗਿਆ ਉਸ ਤੋਂ ਬਾਅਦ ਉਹ ਸਾਰੇ ਦੋਸ਼ੀ ਜਿਹੜੇ SIT ਨੇ ਫੜੇ ਯਾਰ। ਬਿਲਕੁਲ ਅਸੀਂ ਮੈਂ ਕਹਿ ਚੁੱਕੇ ਹਾਂ ਪਹਿਲਾਂ ਵੀ ਇਸ ਤਰ੍ਹਾਂ ਦੀ ਡਿਕਟੇਟਰਸ਼ਿਪ ਨੂੰ ਅਸੀਂ ਨਹੀਂ ਜਿਹੜਾ ਹੈਗਾ ਪ੍ਰਵਾਨ ਕਰਦੇ। 20 ਤਰੀਕ ਨੂੰ ਜਿਹੜਾ ਉਹਨਾਂ ਨੇ ਪ੍ਰੋਗਰਾਮ, ਅਜੇ ਤੱਕ ਕੋਈ ਪ੍ਰੋਗਰਾਮ ਨਹੀਂ, ਬਿਲਕੁਲ ਨਾਰਾਜ਼ ਨਹੀਂ ਹੈਗੇ, ਸਾਰਾ ਕੁਛ ਆ ਜਿਹੜੀ 20 ਤਰੀਕ ਵਾਲੀ ਮੀਟਿੰਗ ਅਸੀਂ ਆਉਣ ਵਾਲੇ ਦਿਨਾਂ 'ਚ ਸਾਰਾ ਕੁਛ ਠੀਕ ਕਰ ਲਾਂਗੇ। ਉਹ ਕਹਿੰਦੇ 20 ਤਰੀਕ ਨੂੰ ਮੈਂ ਆਉਣਾ ਨਹੀਂ, ਕੋਈ ਗੱਲ ਨਹੀਂ, ਉਹਨਾਂ ਨੇ ਕਿਹਾ ਨਾ ਜਦੋਂ ਉੱਥੇ 20 ਤਰੀਕ ਆਊਗੀ ਫਿਰ ਮੈਨੂੰ ਸਵਾਲ ਕਰਿਓ ਵੀ ਉੱਥੇ ਬੈਠੇ ਨੇ ਕਿ ਨਹੀਂ ਬੈਠੇ। ਵਾਲੀ ਗੱਲ ਤਾਂ ਪੈਸੇ ਦਾ ਇਲਜ਼ਾਮ ਲੱਗਦਾ ਹੁੰਦਾ ਉੱਥੇ, ਬੜੇ ਲੋਕਾਂ ਨੇ ਇਲਜ਼ਾਮ ਲਾਇਆ ਫੰਡਿੰਗ ਆਉਂਦੀ ਆ, ਆਹ ਆਉਂਦਾ, ਜੇ ਆਉਂਦਾ, ਪਰ ਇਹ ਗੱਲ ਅਸੀਂ ਸਾਫ਼ ਕਰਤੀ ਉੱਠਣ ਤੋਂ ਪਹਿਲਾਂ, ਉੱਥੇ ਸਾਡੇ ਕੋਲ ਇੱਕ ਇੱਕ ਪੈਸੇ ਦਾ ਹਿਸਾਬ ਲਿਖਿਆ ਵੀ 1 ਕਰੋੜ ਅਤੇ 48 ਲੱਖ ਰੁਪਈਆ ਮੋਰਚੇ ਨੂੰ ਲੋਕਾਂ ਨੇ ਦਿੱਤਾ ਆਪਣੀ ਕਿਰਤ ਕਮਾਈ ਵਿੱਚੋਂ, ਕਿਸੇ ਨੇ 10, ਕਿਸੇ ਨੇ 1000, ਕਿਸੇ ਨੇ 10,000, ਕਿਸੇ ਨੇ 50,000, ਕਿਸੇ ਨੇ 1,00,000, ਜੋ ਵੀ ਉਹ ਅਸੀਂ ਲਿਖਿਆ, ਅਸੀਂ ਉਹਦਾ ਖਰਚਾ ਲਿਖਿਆ, ਜਿੰਨੇ ਪੈਸੇ ਬਚ ਗਏ 22 ਲੱਖ ਦੇ ਕਰੀਬ, ਅਤੇ ਮੈਂ ਆਪਣੀ ਸਪੀਚ ਕਰਨ ਤੋਂ ਪਹਿਲਾਂ ਉਹ ਮੈਂ ਸਟੇਜ ਦੇ ਉੱਤੇ ਰੱਖ ਦਿੱਤੇ, ਬਈ ਆਹ ਪੰਥ ਦੇ ਪੈਸੇ, ਇਹ ਤੁਸੀਂ ਪੈਸੇ ਜਿੱਥੇ ਮਰਜ਼ੀ ਪੰਥ। ਸਵਾਲ ਇੱਕੋ ਪੁੱਛਾਂਗੇ, ਸਵਾਲ ਅਸੀਂ ਇਹ ਪੁੱਛਾਂਗੇ ਬਰਗਾੜੀ ਇਨਸਾਫ ਮੋਰਚਾ ਕਿਸ ਦੀ ਮਰਜ਼ੀ ਨਾਲ ਮੁਕਾਇਆ ਗਿਆ। ਇਹ ਸਾਰੇ ਸਵਾਲਾਂ ਦੇ ਜਵਾਬ ਲੈਣ ਦੀ ਕੋਸ਼ਿਸ਼ ਕਰਾਂਗੇ, ਪੈਨਲ ਸਾਡਾ ਮੌਜੂਦ ਹੈਗਾ, ਉਹਨਾਂ ਦਾ ਤਾਰੁਫ ਕਰਾ ਰਿਹਾ, ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਸਿੱਖ ਬੁੱਧੀਜੀਵੀ ਨੇ, ਡਾਕਟਰ ਢਿੱਲੋਂ ਤੁਹਾਡਾ ਬਹੁਤ ਸਵਾਗਤ ਹੈ, ਧੰਨਵਾਦ। ਕੈਪਟਨ ਚੰਨ ਸਿੰਘ ਸਿੱਧੂ ਯੂਨਾਈਟਡ ਸਿੱਖ ਮੂਵਮੈਂਟ ਤੋਂ ਨੇ, ਯੂਨਾਈਟਡ ਅਕਾਲੀ ਦਲ 'ਚ ਰਹੇ ਆ, ਪਤਾ ਨਹੀਂ ਹੁਣ ਹੈਗੇ ਕਿ ਨਹੀਂ ਹੈਗੇ, ਸਵਾਲ ਇਹ ਵੀ ਪੁੱਛਾਂਗੇ ਇਹਨਾਂ ਤੋਂ। ਕੈਪਟਨ ਸਿੱਧੂ ਤੁਹਾਡਾ ਬਹੁਤ ਸਵਾਗਤ ਹੈ। ਗੁਰਵਿੰਦਰ ਸਿੰਘ ਬਾਲੀ ਕਾਂਗਰਸ ਤੋਂ ਨੇ, ਬਾਲੀ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ, ਚੰਨ ਸਿੰਘ ਬਰਾੜ ਸ਼੍ਰੋਮਣੀ ਅਕਾਲੀ ਦਲ ਤੋਂ, ਚੰਨ ਸਿੰਘ ਬਰਾੜ ਤੁਹਾਡਾ ਬਹੁਤ ਸਵਾਗਤ ਹੈ, ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਨੁਮਾਇੰਦੇ ਦਾ ਅਸੀਂ ਇੰਤਜ਼ਾਰ ਕਰ ਰਹੇ ਹਾਂ, ਜੇ ਉਹ ਆ ਗਏ ਤਾਂ ਉਹਨਾਂ ਦਾ ਸਵਾਗਤ ਵੀ ਕਰਾਂਗੇ। ਸਭ ਤੋਂ ਪਹਿਲਾ ਸਵਾਲ ਕੈਪਟਨ ਚੰਨ ਸਿੰਘ ਸਿੱਧੂ ਤੁਹਾਨੂੰ ਬਣਦਾ, ਕੈਪਟਨ ਚੰਨ ਸਿੱਧੂ ਪਹਿਲਾਂ ਤਾਂ ਤੁਸੀਂ ਆਪਦਾ ਜਵਾਬ ਦੇ ਦਿਓ, ਯੂਨਾਈਟਡ ਅਕਾਲੀ ਦਲ ਦੇ ਵਿੱਚ ਤੁਸੀਂ ਹੈਗੇ ਜਾਂ ਨਹੀਂ ਹੈਗੇ? ਮੈਂ ਯੂਨਾਈਟਡ ਅਕਾਲੀ ਦਲ 'ਚ ਹੈਗਾ ਸੀਗਾ, ਪਰ ਯੂਨਾਈਟਡ ਅਕਾਲੀ ਦਲ ਦੇ ਵਿੱਚ ਜਿਹੜੀ ਹੈ ਉਹ ਜਿਹੜੀ ਵਖਰੇਵੇਂ ਪੈ ਗਏ ਨੇ, ਕੋਈ 2-3 ਹਿੱਸਿਆਂ 'ਚ ਵੰਡਿਆ ਗਿਆ। ਯੂਨਾਈਟਡ ਅਕਾਲੀ ਦਲ ਮੋਰਚੇ ਦੇ ਨਾਲ ਹੈਗਾ ਕਿ ਨਹੀਂ ਹੈਗਾ, ਮੋਰਚੇ ਦੇ ਆਗੂਆਂ ਨਾਲ? ਮੋਰਚੇ ਦੇ ਨਾਲ ਸੀਗਾ, ਅੱਛਾ, ਖੜਾ ਸੀ, ਲੇਕਿਨ ਜਿਸ ਤਰ੍ਹਾਂ ਮੋਰਚਾ ਖਤਮ ਹੋਇਆ ਔਰ ਜਿਸ ਤਰ੍ਹਾਂ ਇਹ ਡਿਕਟੇਟਰਸ਼ਿਪ, ਜਿਵੇਂ ਦਾਦੂਵਾਲ ਹੀ ਕਹਿ ਰਿਹਾ, ਜਿਸ ਤਰ੍ਹਾਂ ਇਹ ਵਿਦਾਊਟ ਕਿਸੇ ਚੀਜ਼ ਨੂੰ ਬਿਨਾਂ ਹਾਸਲ ਕੀਤੇ, ਜਿਸ ਕੰਮ ਵਾਸਤੇ ਮੋਰਚਾ ਲੱਗਿਆ ਸੀ
ਇਹ ਤਿੰਨ ਮੰਗਾਂ ਵਾਸਤੇ ਮੋਰਚਾ ਲੱਗਿਆ ਸੀ। ਇੱਕ ਤਾਂ ਬੇਅਦਬੀ ਦਾ ਸਭ ਤੋਂ ਪਹਿਲਾ ਮੁੱਦਾ ਸੀ, ਬੇਅਦਬੀ ਵਾਲਿਆਂ ਨੂੰ ਜਿਹਨਾਂ ਵੀ ਕੀਤੀ ਜਾਂ ਜਿਨ੍ਹਾਂ ਨੇ ਕਰਵਾਈ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾਣ। ਦੂਜਾ ਸੀਗਾ ਕਿ ਜਿਹੜੇ ਸਾਡੇ ਉੱਥੇ ਬੱਚੇ ਮਾਰੇ ਗਏ ਫਾਇਰਿੰਗ 'ਚ, ਉਹਨਾਂ ਦਾ ਜ਼ਿੰਮੇਵਾਰ ਕੌਣ ਹੈ ਔਰ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾਣ। ਇਹ ਕੋਈ ਵੀ ਮੰਗ ਜਿਹੜੀ ਹੈ, ਜੇ ਤੀਜਾ ਸੀਗਾ ਕਿ ਜਿਹੜੇ ਸਾਡੇ ਬੰਦੇ ਅੰਦਰ ਬੰਦ ਨੇ ਜੇਲ੍ਹਾਂ 'ਚ 20-25, ਉਹਨਾਂ ਦੀਆਂ ਰਿਹਾਈਆਂ ਦਾ ਉਪਰਾਲਾ ਕੀਤਾ ਜਾਵੇ। ਇਹਨਾਂ ਤਿੰਨਾਂ ਡਿਮਾਂਡਾਂ ਨੂੰ ਲੈ ਕੇ ਐਕਚੁਅਲੀ ਬਰਗਾੜੀ ਦੇ ਵਿੱਚ ਜਦੋਂ ਬਰਸੀ ਮਨਾਈ ਗਈ, ਬਰਸੀ ਵਾਲੇ ਦਿਨ ਕਿਉਂਕਿ ਗੁਰੂ ਗ੍ਰੰਥ ਸਾਹਿਬ ਦਾ ਮਸਲਾ ਸੀ, ਲੋਕ ਉੱਥੇ ਹੋਮਮ ਆ ਕੇ ਪਹੁੰਚੇ ਔਰ ਮੰਡ ਸਾਹਿਬ ਨੇ ਉੱਥੇ ਬਿਨਾਂ ਕਿਸੇ ਨੂੰ ਕੰਸਲਟ ਕੀਤੇ, ਬਿਨਾਂ ਕਿਸੇ ਤੋਂ ਦੱਸੇ ਪੁੱਛੇ, ਉੱਥੇ ਕਹਿਤਾ ਮੈਂ ਤਾਂ ਇੱਥੇ ਹੀ ਬੈਠਾਂਗਾ ਜਦ ਤੱਕ ਇਹ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਮੈਂ ਤਾਂ ਜਾਊਂਗਾ ਹੀ ਨਹੀਂ ਇੱਥੋਂ। ਔਰ ਉਹ ਉੱਥੇ ਬਹਿ ਗਏ, ਬਹਿ ਗਏ ਤਾਂ ਠੀਕ ਹੈ, ਅੱਛਾ ਕੌਸ ਸੀ, ਸਾਰੇ ਸਿੱਖ ਸੰਗਤਾਂ ਨੇ ਉਹਨਾਂ ਦਾ ਸਾਥ ਦਿੱਤਾ। ਤੁਸੀਂ ਇਹ ਕਹਿਣਾ ਚਾਹ ਰਹੇ ਹੋ ਕਿ ਮੰਡ ਸਾਹਿਬ ਨੇ ਪਹਿਲੇ ਦਿਨ ਤੋਂ ਮਰਜ਼ੀ ਕੀਤੀ? ਬਿਲਕੁਲ ਪਹਿਲੇ ਦਿਨ ਤੋਂ ਮਰਜ਼ੀ ਕੀਤੀ। ਮੈਨੂੰ ਆਖਰੀ ਦਿਨ ਵੀ ਮਰਜ਼ੀ ਕੀਤੀ ਤੇ ਹੁਣ ਤਕਲੀਫ ਕਿਉਂ ਹੈ? ਜਸਟ ਮਿੰਟ ਇੱਕਦਮ ਉੱਥੇ ਕਹਿ ਦੇਣਾ ਕਿ ਮੈਂ ਤਾਂ ਇੱਥੋਂ ਜਾਣਾ ਹੀ ਨਹੀਂ, ਮੈਨੂੰ ਤਾਂ ਇਹਦੇ ਵਿੱਚ ਵੀ ਕੋਈ ਰਾਸ ਨਜ਼ਰ ਆਉਂਦਾ। ਇਹ ਜਿਵੇਂ ਹੁਣ ਚੀਜ਼ਾਂ ਸਾਰੀਆਂ ਸਾਹਮਣੇ ਆਈਆਂ ਨੇ, ਇਹਦੇ ਵਿੱਚ ਵੀ ਕੋਈ ਪ੍ਰੀ ਪਲਾਨ ਸੀਗਾ ਸਭ ਕੁਝ। 92 ਦਿਨਾਂ ਬਾਅਦ ਕਿਉਂ ਤੁਹਾਨੂੰ ਯਾਦ ਆ ਰਿਹਾ? ਮੈਨੂੰ ਯਾਦ ਆ ਰਿਹਾ, ਜਿਵੇਂ ਉੱਠਿਆ ਨਾ, ਮੈਂ ਦੱਸਦਾ ਨਾ ਕਿਉਂ ਯਾਦ ਆ ਰਿਹਾ। ਹੁਣ ਜਿਸ ਤਰ੍ਹਾਂ ਇਹ ਮੋਰਚਾ ਉਠਾਇਆ ਗਿਆ ਵਿਦਆਊਟ ਕਿਸੇ ਚੀਜ਼ ਦੀ ਵੀ ਹਾਸਲ ਕੀਤੇ ਬਿਨਾਂ, ਕਹਿੰਦੇ ਜੀ ਅਸੀਂ ਸਭ ਤੋਂ ਵੱਡੀ ਚੀਜ਼ ਹਾਸਲ ਕੀਤੀ, ਅਸੀਂ ਰਿਪੋਰਟ ਜਨਤਕ ਕਰਾਤੀ ਜੀ। ਇਹ ਸਭ ਤੋਂ ਵੱਡੀ ਪ੍ਰਾਪਤੀ ਦੱਸਦੇ ਨੇ, ਅਤੇ ਰਿਹਾਈਆਂ ਜਿਹੜੀਆਂ ਨੇ ਜੀ ਉਹ ਅਸੀਂ ਲਿਸਟਾਂ ਦੇ ਦਿੱਤੀਆਂ ਜੀ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲੇ ਪਕੜੇ ਗਏ ਨੇ ਜੀ, ਪਕੜੇ ਹੋ ਕੇ ਜ਼ਮਾਨਤਾਂ ਵੀ ਕਰਾ ਗਏ ਨੇ ਜੀ, ਔਰ ਜਿਨ੍ਹਾਂ ਨੇ ਫਾਇਰਿੰਗ ਕੀਤੀ, ਜਿਨ੍ਹਾਂ ਨੇ ਸ਼ਹੀਦ ਕੀਤੇ, ਉਹਨਾਂ 'ਤੇ ਅਜੇ ਕੋਈ ਕਿਸੇ ਕਿਸਮ ਦਾ ਐਕਸ਼ਨ ਨਾ ਹੋਇਆ ਅਤੇ ਨਾ ਹੋਣਾ ਹੀ ਹੈ, ਹੋਣਾ ਵੀ ਨਹੀਂ। ਕੈਪਟਨ ਸਿੱਧੂ ਉਹਨਾਂ ਦੀ ਕੋਈ ਧਿਰ ਨਹੀਂ ਸਾਡੇ ਕੋਲ ਇੱਥੇ ਬੈਠੀ ਹੋਈ? ਅਸੀਂ ਤਾਂ ਉਹਨਾਂ ਦੇ ਸਿਰਫ ਬਿਆਨ ਸੁਣੇ ਹੈਗੇ। ਮੈਂ ਹੀ ਧਿਰ ਹਾਂ ਉਹਨਾਂ ਦੀ। ਤੁਸੀਂ ਧਿਰ ਹੋ? ਹਾਂ ਮੈਂ ਬਿਲਕੁਲ। ਅੱਜ ਵੀ ਧਿਰ ਹੈਗੇ ਹੋ? ਅੱਜ ਵੀ ਧਿਰ ਹਾਂ ਬਿਲਕੁਲ ਧਿਰ ਹਾਂ। ਫਿਰ ਵੀ ਤੁਸੀਂ ਕਹਿ ਰਹੇ ਹੋ ਮੈਂ ਮੋਰਚੇ ਦੇ ਨਾਲ ਹਾਂ, ਜੇ ਉਹਨਾਂ ਨੇ ਗਲਤੀਆਂ ਕੀਤੀਆਂ ਤਾਂ ਮੈਂ ਉਹਨਾਂ ਦੇ ਨਾਲ ਜ਼ਰੂਰ ਕਿਉਂ ਖੜਾਊਂਗਾ। ਅਸੀਂ ਮੇਰੀ ਗੱਲ ਸੁਣੋ, ਮੋਰਚਾ ਵਿਲ ਕੰਟੀਨਿਊ। ਮੋਰਚਾ ਜ਼ਰੂਰੀ ਨਹੀਂ ਕਿ ਬਰਗਾੜੀ ਤੋਂ ਸ਼ੁਰੂ ਕੀਤਾ ਜਾਊ, ਇਹੀ ਲੱਗੇਗਾ ਮੋਰਚਾ। ਯੂਨਾਈਟਿਡ ਸਿੱਖ ਮੂਵਮੈਂਟ ਹੁਣ ਵੀ ਚਲਾਊਗੀ ਔਰ ਜਦ ਤੱਕ ਤੁਹਾਡੇ ਨਾਲ ਕੌਣ ਕੌਣ ਹੈ? ਸਾਡੇ ਨਾਲ ਸਾਰੇ ਯੂਨਾਈਟਿਡ ਸਿੱਖ। ਤੁਸੀਂ ਅਲੱਗ ਅਲੱਗ ਮੋਰਚੇ ਚਲਾਓਗੇ? ਇੱਕ ਮੋਰਚੇ ਦਾ ਪ੍ਰੋਗਰਾਮ ਫਤਿਹਗੜ੍ਹ ਸਾਹਿਬ ਤੋਂ ਜਾਰੀ ਹੋਊਗਾ, ਅਸੀਂ ਇੱਕ ਤੁਸੀਂ ਵੱਖਰੇ ਤੌਰ ਤੇ ਸ਼ੁਰੂ ਕਰੋਗੇ, ਸਾਰੇ ਮੋਰਚੇ ਲੱਗੇ ਜਾਣਗੇ ਹੁਣ ਫਤਿਹਗੜ੍ਹ ਸਾਡਾ ਮੋਰਚਾ। ਦੇਖੋ ਅਸੀਂ ਮੋਰਚਾ ਕੋਈ ਸੜਕਾਂ ਤੇ ਜਾਮ ਕਰਕੇ ਥੋੜੀ ਲਾਉਣਾ। ਵੀ ਵਿਲ ਕੀਪ ਔਨ ਫਾਈਟਿੰਗ ਟਿਲ ਸੱਚ ਟਾਈਮ ਵੀ ਗੈਟ ਜਸਟਿਸ। ਠੀਕ ਹੈ ਠੀਕ ਹੈ, ਮੈਂ ਵਾਪਸ ਆਊਂਗਾ ਤੁਹਾਡੇ ਕੋਲ। ਗੁਰਿੰਦਰ ਸਿੰਘ ਬਾਲੀ, ਤੁਹਾਡੇ ਤੇ ਇਤਬਾਰ ਹੀ ਨਹੀਂ ਹੈਗਾ, ਤੁਸੀਂ ਧੱਕੇ ਨਾਲ ਮੋਰਚਾ ਖਤਮ ਕਰਵਾਤਾ ਉੱਥੇ? ਮੁੱਖਮੰਤਰੀ ਜੀ ਦਾ ਵੀ ਪਿੱਛੇ ਬਿਆਨ ਸੀ ਕਿ ਅਸੀਂ ਮੈਕਸੀਮਮ ਬੰਦੇ ਫੜ ਲਏ ਔਰ ਅੰਦਰ ਚੀਜ਼ਾਂ। ਹੁਣ ਕੋਰਟ ਦੇ ਵਿੱਚ ਅਦਾਲਤ ਉਹਨਾਂ ਨੂੰ ਜ਼ਮਾਨਤ ਦੇ ਦੇ, ਅਸੀਂ ਕੋਰਟ ਤਾਂ ਨਹੀਂ ਹੈਗੇ। ਪੁਲਿਸ ਤਾਂ ਆਪਣੀ ਕਾਰਵਾਈ ਕਰ ਸਕਦੀ ਹੈ, ਪੁਲਿਸ ਕਹਿ ਸਕਦੀ ਹੈ, ਪੁਲਿਸ ਇਨਕੁਆਇਰੀ ਕਰ ਸਕਦੀ ਹੈ, ਮਗਰ ਅਕਸਰ ਕੇਸ ਤਾਂ ਜਿਹੜਾ ਕੋਰਟ 'ਚ ਜਾਣਾ, ਕੋਰਟ ਨੇ ਜ਼ਮਾਨਤ ਦੇਣੀ ਹੈ ਨਹੀਂ ਦੇਣੀ ਹੈ ਤਾਂ ਕੋਰਟ ਦਾ। ਤੁਹਾਨੂੰ ਲੱਗਦਾ ਮੋਰਚਾ ਸਫਲ ਰਿਹਾ? ਨਹੀਂ, ਦੇਖੋ ਮੈਂ ਇਹਦੇ ਬਾਰੇ ਤਾਂ ਇਹ ਗੱਲ ਕਹਿ ਸਕਦਾਗਾ, ਪਹਿਲੀ ਗੱਲ ਤਾਂ ਇਹਨਾਂ 'ਤੇ ਮੈਂ ਜ਼ਿਆਦਾ ਬਿਆਨ ਨਹੀਂ ਦਿਆਂਗਾ, ਮੰਡ ਸਾਹਿਬ 'ਤੇ ਵੀ ਨਹੀਂ ਦਿਆਂਗਾ, ਦੱਦੂਵਾਲ ਜੀ 'ਤੇ ਵੀ ਨਹੀਂ ਦਿਆਂਗਾ। ਉਹਨਾਂ ਦਾ ਮੋਰਚਾ ਸੀ, ਉਹਨਾਂ ਦਾ ਇਨਸਾਫ ਵਾਸਤੇ ਉਹ ਬੈਠੇ ਹੋਏ ਹੈਗੇ ਸੀ। ਉਹਨਾਂ ਨੇ ਕੀ ਕੀਤਾ, ਉਹਨਾਂ ਨਾਲ ਕੀ ਗੱਲਬਾਤ ਹੋਈ ਹੈ ਕੀਤਾ, ਮੈਂ ਤਾਂ ਸਿਰਫ ਮਾਨਯੋਗੀ ਨੇ ਸਾਡੇ ਵਾਸਤੇ ਸਾਰੀ ਸਿੱਖ ਸੰਗਤ ਜਿੰਨੀ ਵੀ ਉੱਥੇ ਬੈਠੀ ਆਪਣੀ ਇਨਸਾਫ ਵਾਸਤੇ ਬੈਠੀ। ਤੁਸੀਂ ਇਨਸਾਫ ਦਿੱਤਾ? ਨਹੀਂ, ਸਰਕਾਰ ਵੱਲੋਂ ਬਿਆਨ ਦੇ ਦੋ ਨਾਲ ਨਹੀਂ ਦੇਣਾ ਤਾਂ ਤੁਸੀਂ ਇਨਸਾਫ ਦਿੱਤਾ? ਦੇਖੋ ਮਾਨਯੋਗ ਸਾਡੇ ਕੋਲ ਜਿੰਨੀ ਕੁ ਗੱਲਬਾਤ ਚੱਲ ਰਹੀ ਹੈ, ਜਿੰਨਾ ਕੁ ਹੋਇਆ, ਮੈਂ ਕਿਹਾ ਮੁੱਖ ਮੰਤਰੀ ਜੀ ਨੇ ਵੀ ਇਹ ਬਿਆਨ ਦਿੱਤਾ ਸੀ ਵੀ ਇੰਨੇ ਲੋਕ ਅਸੀਂ ਫੜ ਲਏ, ਅਸੀਂ ਇੰਨੇ ਲੋਕ ਅੰਦਰ ਦੇ ਦਿੱਤੇ। ਹੁਣ ਜਿਹੜੀ ਇਹਨਾਂ ਨੇ ਗੱਲ ਕਹੀ ਹੈ, ਮੈਨੂੰ ਇਹਦੇ ਬਾਰੇ ਨਹੀਂ ਪਤਾ ਜਮਾਨਤਾਂ ਹੋਈਆਂ ਨੇ ਕਿ ਨਹੀਂ ਹੋਈਆਂ, ਅਸੀਂ ਹੋਰ ਵੀ ਅੱਗੇ ਜਾ ਕੇ ਹੋਰ ਇਨਸਾਫ ਦੇਣ ਜਾ ਰਹੇ ਹਾਂ। ਜੇ ਤੁਸੀਂ ਕਹੋ ਕਿ ਮੋਰਚਾ ਅਸੀਂ ਖਤਮ ਕਰਤਾ, ਸਾਡਾ ਇਸ ਚੀਜ਼ ਦੇ ਨਾਲ ਕੋਈ ਮਤਲਬ ਨਹੀਂ, ਨਾ ਮੋਰਚੇ ਨਾਲ ਮਤਲਬ ਹੈ। ਸਿੱਖ ਸੰਗਤ ਬੈਠੀ ਹੈ, ਉਹਨਾਂ ਨੂੰ ਨਮਨ ਕਰਦੇ ਹਾਂ, ਉਹਨਾਂ ਨੂੰ ਨਮਸਕਾਰ ਕਰਦੇ ਹਾਂ। ਦੁਬਾਰਾ ਬੈਠਣਗੇ ਤਾਂ ਵੀ ਨਮਸਕਾਰ ਕਰਾਂਗੇ, ਜੇ ਹੁਣ ਬੈਠੇ ਸੀ ਤਾਂ ਹੁਣ ਵੀ ਨਮਸਕਾਰ ਕਰਾਂਗੇ। ਤੁਹਾਨੂੰ ਉਮੀਦ ਹੈ ਬੈਠਣਗੇ?
ਜਿਹੜੇ ਮੋਰਚੇ ਦੇ ਦੌਰਾਨ ਜਿਨ੍ਹਾਂ ਨੇ ਸੁਖਬੀਰ ਦੀ ਕਾਰ ਤੇ ਜੁੱਤੀ ਮਾਰੀ ਉਹਨਾਂ ਨੂੰ 307 ਉਹਨਾਂ ਨੂੰ ਤਾਂ ਛੁਡਾਇਆ ਨਹੀਂ ਤੇ ਮੋਰਚਾ ਪਹਿਲਾਂ ਹੀ ਖਤਮ ਕਰਤਾ ਉਹ ਘੱਟੋ ਘੱਟ ਉਹਨਾਂ ਨੂੰ ਤਾਂ ਛੁਡਾ ਲਓ ਜਿਹੜੇ ਤੁਹਾਡੇ ਮੋਰਚੇ ਦੇ ਦੌਰਾਨ ਤੁਹਾਡੇ ਮੋਰਚੇ ਵਾਸਤੇ ਅੰਦਰ ਗਏ ਨੇ ਔਰ ਕੇਸ ਕੀ ਉਹਨਾਂ ਤੇ ਕੋਈ ਕੇਸ ਨਹੀਂ ਹੈ ਤਾਂ ਤੁਸੀਂ ਉਹਨਾਂ ਨੂੰ ਤਾਂ ਪਹਿਲਾਂ ਛੁਡਾ ਲਓ ਮੋਰਚਾ ਖਤਮ ਕਰਨ ਲਈ ਇੰਨੀ ਜ਼ਰੂਰੀ ਚਲੋ ਇੱਕ ਮੈਂ ਛੋਟਾ ਜਿਹਾ ਵਕਫਾ ਲੈਣਾ ਵਕਫੇ ਤੋਂ ਵਾਪਸ ਆਵਾਂਗੇ ਵਰਗਾੜੀ ਮੋਰਚੇ ਤੇ ਕਿਸ ਦੀ ਤਾਨਾਸ਼ਾਹੀ ਚੱਲੀ ਹੈਗੀ ਹੈ ਤਾਨਾਸ਼ਾਹੀ ਦੇ ਇਲਜ਼ਾਮ ਇੱਕ ਦੂਜੇ ਤੇ ਵਿਚਾਲੇ ਲਾਏ ਜਾ ਰਹੇ ਆ ਅਸਲ ਵਿੱਚ ਤਾਨਾਸ਼ਾਹੀ ਹੈ ਕਿੰਦੀ ਹੈਗੀ ਆ ਸਵਾਲ ਬਹੁਤ ਮਹੱਤਵਪੂਰਨ ਹੈਗਾ ਕਿਉਂਕਿ ਕੌਮ ਤਾਂ ਇਨਸਾਫ਼ ਦੇ ਇੰਤਜ਼ਾਰ ਵਿੱਚ ਬੈਠੀ ਹੋਈ ਸੀ ਵਰਗਾੜੀ ਮੋਰਚੇ ਤੇ ਇੰਨੇ ਸਵਾਲ ਕਿਉਂ ਉੱਠੇ ਉਹਨਾਂ ਸਵਾਲਾਂ ਦੇ ਜਵਾਬ ਲੈਣ ਦੀ ਵੀ ਅਸੀਂ ਕੋਸ਼ਿਸ਼ ਕਰਾਂਗੇ ਪੈਨਲ ਸਾਡਾ ਮੌਜੂਦ ਹੈਗਾ ਬ੍ਰੇਕ ਤੋਂ ਬਾਅਦ ਵਾਪਸ ਆ ਰਹੇ ਹਾਂ ਸਵਾਲ ਅਸੀਂ ਇੱਕੋ ਪੁੱਛ ਰਹੇ ਹਾਂ ਸਵਾਲ ਅਸੀਂ ਇਹ ਪੁੱਛ ਰਹੇ ਹਾਂ ਵਰਗਾੜੀ ਇਨਸਾਫ਼ ਮੋਰਚਾ ਕਿਸ ਦੀ ਮਰਜ਼ੀ ਨਾਲ ਮੁਕਾਇਆ ਗਿਆ ਚੰਦ ਸਿੰਘ ਬਰਾੜ ਸ਼੍ਰੋਮਣੀ ਅਕਾਲੀ ਦਲ ਇਸ ਮੁੱਦੇ 'ਤੇ ਟਿੱਪਣੀ ਕਰਨ ਦੇ ਲਈ ਬੜਾ ਆਪਦੇ ਆਪ ਨੂੰ ਰਾਹਤ ਵਿੱਚ ਮਹਿਸੂਸ ਕਰ ਰਿਹਾ ਹੋਵੇਗਾ ਚੰਜੀ ਬਰਾੜ ਜਿਸ ਤਰੀਕੇ ਨਾਲ ਬਲਜੀਤ ਸਿੰਘ ਦਾਦੂਵਾਲ ਨੇ ਧਿਆਨ ਸਿੰਘ ਮੰਡ ਬਾਰੇ ਕਿਹਾ ਹੈਗਾ ਕਿ ਡਿਕਟੇਟਰਸ਼ਿਪ ਨਹੀਂ ਚੱਲੇਗੀ ਅਕਾਲੀ ਦਲ ਦੀ ਪਹਿਲੀ ਪ੍ਰਤੀਕਿਰਿਆ ਕੀ ਆਉਂਦੀ ਇਹ ਤਾਂ ਉਹਨਾਂ ਦੀ ਆਪਸੀ ਲੜਾਈ ਹੈ ਪਰ ਮੈਂ ਜਿਹੜੀ ਗੱਲ ਕਹਾਂ ਕਿ ਸਾਡੇ ਲਈ ਰਾਹਤ ਵਾਲੀ ਗੱਲ ਕਿਹੜੀ ਹੈਗੀ ਹੈ ਇਹੀ ਮੰਡ ਅਤੇ ਦਾਦੂਵਾਲ ਪਾਣੀ ਪੀ ਪੀ ਕੋਸਦੇ ਸੀ ਔਰ ਜਿਹੜੀ ਵਰਡਿੰਗ ਵਰਤਦੇ ਸੀ ਮੇਰੇ ਮੂੰਹੋਂ ਵਰਤਣੀ ਠੀਕ ਤਾਂ ਨਹੀਂ ਲੱਗਦੀ ਪਰ ਮੈਂ ਉਹੀ ਭਾਸ਼ਾ ਸੁਣਾਊਂਗਾ ਕਿ ਬਾਦਲਾਂ ਨੂੰ ਫੜ ਕੇ ਅੰਦਰ ਦਿਓ ਇਹਨਾਂ ਨੇ ਜਿਹੜੀ ਹੈ ਬੇਅਦਬੀ ਕੀਤੀ ਹੈ ਉਹ ਤਾਂ ਅੱਜ ਵੀ ਕਹਿੰਦੇ ਮੇਰੀ ਬੇਨਤੀ ਤਾਂ ਸੁਣ ਲਓ ਨਾ ਹੁਣੇ ਤਾਂ ਬੋਲ ਕੇ ਗਿਆ ਤੁਹਾਡੇ ਸਾਹਮਣੇ ਉਹ ਫਿਰ ਝੂਠ ਬੋਲ ਕੇ ਗਿਆ ਜਾਂ ਉਹ ਝੂਠ ਬੋਲਿਆ ਇੱਕ ਤਾਂ ਝੂਠ ਬੋਲਿਆ ਨਾ ਹੁਣੇ ਕਹਿ ਕੇ ਗਏ ਕਿ ਸਿੱਟ ਨੇ ਜਿਹੜੇ ਸੀਗੇ ਬੇਅਦਬੀ ਕਰਨ ਵਾਲੇ ਬੰਦੇ ਫੜ ਲਏ ਆ ਸਾਡੀ ਬਹੁਤ ਵੱਡੀ ਪ੍ਰਾਪਤੀ ਹੈ ਫਲਾਂ 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 ਗੱਲਾਂ ਦੀ ਹੋਰ ਵੀ ਪ੍ਰਾਪਤੀ ਹੈ ਇੱਕ ਗੱਲ ਇਹਦਾ ਮਤਲਬ ਜਿਹੜੀ ਗੱਲ ਦਾ ਹੁਣ ਤੱਕ ਝੂਠ ਬੋਲਦੇ ਰਹੇ ਆ ਇਹ ਤਾਂ ਝੂਠ ਸਾਬਤ ਹੋ ਗਿਆ ਨਾ ਵੀ ਜਦੋਂ ਹੁਣ ਉਹਨਾਂ ਦੀ ਤਸੱਲੀ ਹੋ ਗਈ ਕਿ ਬੰਦੇ ਜਿਹੜੇ ਬੇਅਦਬੀ ਕਰਨ ਵਾਲੇ ਸੀ ਫੜ ਲਏ ਚਲੋ ਸਾਡੇ ਵੇਲੇ ਨਹੀਂ ਫੜੇ ਗਏ ਇਹ ਸਾਡੇ ਸਿਰ 'ਤੇ ਇੱਕ ਉਲਾਂਭਾ ਕਹਿ ਲਈਏ ਜਾਂ ਇੱਕ ਸਾਡੇ ਉੱਤੇ ਬੜਾ ਵੱਡਾ ਕੁਐਸਚਨ ਮਾਰਕ ਜਿਹੜਾ ਹੈਗਾ ਦੂਜੀ ਗੱਲ ਇਹ ਕਰੀਏ ਕਿ ਅਸੀਂ ਪਹਿਲੇ ਦਿਨ ਦੇ ਕਹਿ ਰਹੇ ਹਾਂ ਕਿ ਕਾਂਗਰਸ ਪਾਰਟੀ ਨੇ ਆਪਣੀ ਸਪੋਰਟ ਨਾਲੇ ਬਿਠਾਏ ਸੀ ਸਿਰਫ ਅਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਲਈ ਅਤੇ ਜਦੋਂ ਹੁਣ ਕੈਂਚੀ ਕਾਂਗਰਸ ਦੀਆਂ ਵੋਟਾਂ 'ਤੇ ਫਿਰਨ ਲੱਗ ਗਈ ਅਤੇ ਫਿਰ ਜਦੋਂ ਕਾਂਗਰਸ ਨੇ ਆਪਣੇ ਆਪ ਹੀ ਇਹ ਜਿਹੜੇ ਹੈਗੇ ਆ ਉਠਾ ਦਿੱਤੇ ਗਏ ਆ ਕਾਂਗਰਸ ਪਾਰਟੀ ਨੂੰ ਇਹ ਸਪਸ਼ਟ ਕਰਨਾ ਪਊ ਜਿਹੜਾ ਅਸੀਂ ਪਹਿਲਾਂ ਵੀ ਕੀਤੇ ਮੰਗਦੇ ਰਹੇ ਹਾਂ ਕਿ ਇਸ ਕਿਸਮ ਦੇ ਲੋਕਾਂ ਨੂੰ ਕਾਂਗਰਸ ਪਾਰਟੀ ਕਿਉਂ ਸਪੋਰਟ ਕਰ ਰਹੀ ਹੈ ਜਦੋਂ 80 ਦਾ ਦਹਾਕਾ ਯਾਦ ਕਰੀਏ ਉਦੋਂ ਵੀ ਇਸੇ ਤਰ੍ਹਾਂ ਕਰਕੇ ਅਤੇ ਸਾਡੇ ਪੰਜਾਬ ਨੂੰ ਇੱਕ ਬੜੇ ਵੱਡੇ ਖੂਹ ਖਾਤੇ ਦੇ ਵਿੱਚ ਸਿੱਟਤਾ ਸੀ ਜਿਹਦੇ 'ਚ ਸਾਡੀ ਨੌਜਵਾਨੀ ਵੀ ਬਿਖਰ ਗਈ ਅਤੇ ਜਿਹੜੀ 'ਚ ਬਹੁਤ ਵੱਡਾ ਘਾਣ ਹੋਇਆ ਅਤੇ ਅੱਜ ਵੀ ਉੱਥੇ ਇਹਨਾਂ ਦੇ ਦੋਨੋਂ ਮੰਤਰੀ ਸਾਹਿਬਾਨਾਂ ਦੇ ਬੈਠੇ ਤੇ ਉੱਥੇ ਸਿਮਰਨਜੀਤ ਸਿੰਘ ਮਾਨ ਸਾਹਿਬ ਨੇ ਖਾਲਿਸਤਾਨ ਦੀ ਵੀ ਮੰਗ ਕੀਤੀ ਖਾਲਿਸਤਾਨ ਦੇ ਨਾਅਰੇ ਵੀ ਲੱਗੇ ਸਾਰਾ ਕੁਛ ਉੱਥੇ ਵਾਪਰਿਆ ਇਸ ਕਰਕੇ ਮੇਰੀ ਇਹ ਬੇਨਤੀ ਹੈ ਕਾਂਗਰਸ ਪਾਰਟੀ ਨੂੰ ਕਿ ਸਾਨੂੰ ਪੰਜਾਬ ਦੀ ਸ਼ਾਂਤੀ ਪਹਿਲਾਂ ਚਾਹੀਦੀ ਹੈ ਅਤੇ ਜਿਹੜੀ ਜਿਹੜਾ ਇਨਸਾਫ਼ ਦੇਣ ਵਾਲੀ ਗੱਲ ਹੈ ਸਰਕਾਰ ਨੂੰ ਪੌਣੇ ਦੋ ਸਾਲ ਬਣੀ ਨੂੰ ਹੋ ਗਏ ਹੈ ਜਿੰਨੀ ਗੱਲ ਦਾ ਇਨਸਾਫ਼ ਦੇਤਾ ਲੋਕ ਸੈਟਿਸਫਾਈ ਹੁੰਦੇ ਆ ਠੀਕ ਹੈ ਜੇ ਕੋਈ ਰਹਿੰਦਾ ਤਾਂ ਤੁਰੰਤ ਇਨਸਾਫ਼ ਦਿੱਤਾ ਜਾਵੇ ਸਾਡੀ ਵੀ ਮੰਗ ਤੁਹਾਡੀ ਬਦਨਾਮੀ ਦੇ ਦਾਗ ਧੁਲ ਗਏ ਇਹਨਾਂ ਦੇ ਉੱਠਣ ਨਾਲ ਦੇਖੋ ਮੇਰੀ ਇੱਕ ਬੇਨਤੀ ਹੈ ਤੁਸੀਂ ਕਹਿ ਰਹੇ ਹੋ ਸਾਨੂੰ ਬਦਨਾਮ ਕਰਨ ਲਈ ਇਹਨਾਂ ਨੇ ਬਿਠਾਇਆ ਸੀ ਮੋਰਚਾ ਮੇਰੀ ਇੱਕ ਬੇਨਤੀ ਹੈ ਬਦਨਾਮੀ ਇਹਨਾਂ ਨੇ ਸਾਡੇ ਤੇ ਮੱਥੇ ਤੇ ਜਿੰਨੀ ਮਰਜ਼ੀ ਮੜੀ ਜਾਣ ਪਰਮਾਤਮਾ ਜਾਣਦਾ ਭਾਵੇਂ ਵਿਧਾਨ ਸਭਾ ਦੇ ਵਿੱਚ 7 ਘੰਟੇ ਕੇ ਕੁਫਰ ਤੋਲ ਕੇ ਮੜੀ ਗਏ ਭਾਵੇਂ ਉੱਥੇ ਮੋਰਚੇ 'ਚ ਬਿਠਾ ਕੇ ਮੜੀ ਗਏ ਆ ਪਰ ਅਸਲੀਅਤ ਜਾਦੂਵਾਲ ਨੇ ਆਪਣੇ ਆਪ ਬਿਆਨ ਕਰਤੀ ਆ ਕਿ ਜਿਹੜੇ ਉਹ ਜਿਹੜੇ ਬੇਅਦਬੀ ਵਾਲੇ ਲੋਕ ਫੜੇ ਗਏ ਇਹਦਾ ਮਤਲਬ ਪਹਿਲਾਂ ਤੁਸੀਂ ਬਿਨਾਂ ਕਿਸੇ ਗੱਲ ਤੋਂ ਬਦਨਾਮ ਹੀ ਕਰ ਰਹੇ ਨਾਲ ਉਹ ਵੀ ਕਹਿ ਰਹੇ ਆ ਕਿ ਐਸਆਈਟੀ ਨੇ ਬਾਦਲਾਂ ਤੋਂ ਪੁੱਛਗਿੱਛ ਕੀਤੀ ਆ ਨਾਲ ਉਹ ਵੀ ਕਹਿ ਰਹੇ ਹੋ ਪੂਰਾ ਵੀ ਸੁਣਾ ਤੁਸੀਂ ਮੇਰੀ ਇੱਕ ਬੇਨਤੀ ਹੈ ਉਹ ਇਹ ਨਾਲ ਕਹਿ ਰਹੇ ਆ ਮੇਰੀ ਇੱਕ ਬੇਨਤੀ ਹੈ ਐਸਆਈਟੀ ਨੇ ਪੁੱਛਗਿੱਛ ਕਿਹੜੀ ਕੀਤੀ ਆ ਅਕੇ ਜੀ ਉਹ ਅਕਸ਼ੇ ਕੁਮਾਰ ਨੇ ਜਿਹੜਾ ਸੌਦਾ ਕਰਾਇਆ ਫਿਲਮ ਚਲਾਉਣ ਲਈ ਪਹਿਲਾਂ ਤਾਂ ਇਹਦਾ ਵੀ ਇੱਕ ਵੇਖ ਲਓ ਜੇ ਫਿਲਮ ਚਲਾਉਣ ਲਈ ਸੌਦੇਬਾਜ਼ੀ ਹੋਈ ਹੋਵੇ ਤੇ ਫਿਰ ਉਹ ਗੁੱਸੇ ਕਿਉਂ ਹੋਣਗੇ ਜਾਂ ਕਿਸੇ ਚੀਜ਼ ਨਾਲ ਬਿਨਾਂ ਕਿਸੇ ਗੱਲ ਤੋਂ ਬੇਤੁਕੀਆਂ ਤੇ ਬੇਬੁਨਿਆਦ ਗੱਲਾਂ ਨੇ ਮੈਂ ਕਾਂਗਰਸ ਪਾਰਟੀ ਨੂੰ ਫਿਰ ਬੇਨਤੀ ਕਰਦਾ ਕਿ ਇਨਸਾਫ਼ ਦੇਣ ਦੇ ਵਿੱਚ ਜੇ ਕੋਈ ਕਮੀ ਹੈ ਤਾਂ ਇਨਸਾਫ਼ ਦਿਓ ਜਿਵੇਂ ਪਹਿਲਾਂ ਗੱਲਾਂ ਕਰਦੇ ਸੀ ਪਰ ਇੱਕ ਦੂਜੇ ਨੂੰ ਬਦਨਾਮ ਦੀ ਰਾਜਨੀਤੀ ਨਾ ਕਰੋ ਤੇ ਦਾਦੂਵਾਲ ਤੇ ਮੰਡ ਸਾਹਿਬ ਦਾ ਪੈਸਿਆਂ ਦਾ ਰੌਲਾ ਹੈ ਜਿਹੜੀ ਅਸਲੀ ਗੱਲ ਹੈ ਹੋਰ 4 ਦਿਨਾਂ ਨੂੰ ਸਾਰਾ ਕੁਝ ਸਾਹਮਣੇ ਆ ਜਾਊਗਾ ਮੈਂ ਵੈਸੇ ਡਾਟੇ ਲੋਕਲ ਜਾਣਾ ਸੀ ਮੈਂ ਆ ਰਿਹਾ 4 ਦਿਨਾਂ ਨੂੰ ਇਹ ਉੱਥੇ ਵੀ ਨਹੀਂ ਪਹਿਲਾਂ ਤੁਸੀਂ ਦਾਦੂਵਾਲ ਤੇ ਪਹਿਲਾਂ ਤੁਸੀਂ ਦਾਦੂਵਾਲ ਤੇ ਇਲਜ਼ਾਮ ਲਾਉਂਦੇ ਰਹੇ ਫੰਡਸ ਆਏ ਆ ਦਾਦੂਵਾਲ ਸਾਡੇ ਇਲਜ਼ਾਮ ਝੂਠੇ ਆ ਤਾਂ ਉਹ ਕੋਰਟ ਚੱਲ ਜੇ ਨਾਲੇ ਪਤਾ ਲੱਗ ਜਾਊਗਾ ਈਡੀ ਨੇ ਜਾਂਚ ਵੜਤੀ ਹੈ ਕਾਂਗਰਸ ਪਾਰਟੀ ਸੁੱਤੀ ਪਈ ਹੈ ਇਹਨਾਂ ਨੇ ਇੱਕ ਹੋਰ ਇਲਜ਼ਾਮ ਲਾਤਾ ਕਿ ਸਾਰਾ ਪੈਸਿਆਂ ਦਾ ਰੌਲਾ ਆ ਰਿਹਾ ਡਾਕਟਰ ਜੀ ਤੁਹਾਡੇ ਕੋਲ
ਸਾਰਾ ਪੈਸਿਆਂ ਦਾ ਰੋਲਾ। ਤੁਸੀਂ ਤਾਂ ਮੋਰਚੇ ਨਾਲ ਅੱਜ ਵੀ ਹੋ। ਅੱਛਾ ਮੈਂ ਇੱਕ ਹੋਰ ਬੇਨਤੀ ਕਰਦੇ ਹਾਂ, ਇਹਨਾਂ ਨੇ ਜਾਂਚ ਕਹਿ ਕੇ CBI ਨੂੰ ਦਵਾਈ ਸੀ, ਉਦੋਂ ਆਪ ਹੀ ਇਹਨਾਂ ਨੇ ਧਰਨੇ ਦੇ ਦੇ ਕੇ ਤੇ ਉਦੋਂ ਤਾਂ CBI ਨੂੰ ਦਵਾਤੀ ਤੇ ਇਲਜ਼ਾਮ ਸਾਡੇ ਤੇ ਇਹ ਵੀ ਤੁਸੀਂ ਕੁਛ ਕਰਤਾ ਨਹੀਂ ਜਾਂ ਤੁਸੀਂ ਕੱਢਿਆ ਨਹੀਂ ਕੁਛ। ਇਹਨਾਂ ਨੇ ਫਿਰ ਅਕਾਲੀ ਦਲ ਨੇ ਇਲਜ਼ਾਮ ਲਾਇਆ, ਉਹਦਾ ਕੀ ਜਵਾਬ ਦੇਣਾ? ਪੈਸਿਆਂ ਦਾ ਰੌਲਾ ਵੀ ਹੋ ਸਕਦਾ, ਹੋ ਸਕਦਾ, ਬਿਲਕੁਲ ਹੋ ਸਕਦਾ, ਕਿਉਂ ਨਹੀਂ ਹੋ ਸਕਦਾ। ਮੇਨ ਤਾਂ ਰੌਲਾ ਇਹ ਹੈ ਕਿ ਜਦੋਂ ਇਹਨਾਂ ਨੇ ਮੋਰਚਾ ਚੁੱਕਿਆ, ਇਸ ਤੋਂ ਪਹਿਲਾਂ ਕਿ ਕਾਂਗਰਸੀ ਮੰਤਰੀ ਉੱਥੇ ਆਉਣ, ਉਹ ਅਨਾਊਂਸ ਕਰਨ, ਫਿਰ ਉਹ ਐਕਸੈਪਟੇਬਲ ਸੰਗਤ ਨੂੰ ਹੈ ਕਿ ਨਹੀਂ ਹੈ ਉਹਦੀ ਪ੍ਰਵਾਨਗੀ ਲਈ ਜਾਵੇ। ਇਹਨਾਂ ਨੇ ਦੋ ਦਿਨ ਪਹਿਲਾਂ ਆਪਣੇ ਆਪ ਹੀ ਖੰਡ ਪਾਠ ਕਰਤਾ। ਦੋ ਦਿਨ ਪਹਿਲਾਂ ਦਾਦੂਵਾਲ ਸਾਹਿਬ ਵੀ ਉੱਥੇ ਬੋਲੇ ਸੀ, ਮਾਨ ਸਾਹਿਬ ਵੀ ਬੋਲੇ ਸੀ, ਫਿਰ ਅੰਮ੍ਰਿਤਸਰ ਜਾ ਕੇ ਕਿਉਂ ਬਦਲ ਗਏ? ਮੇਰਾ ਸਵਾਲ ਇਹ ਹੈ ਕੈਪਟਨ ਜਨਰਲ ਸਿੱਧੂ, ਉਹਨਾਂ ਨੇ ਖੰਡ ਪਾਠ ਪਹਿਲਾਂ ਹੀ ਰਖਾਤਾ ਕਿ ਅਸੀਂ ਮੋਰਚਾ ਚੁੱਕ ਦੇਣਾ? ਕੈਪਟਨ ਜਨਰਲ ਸਿੱਧੂ ਮੇਰੇ ਸਵਾਲ ਦਾ ਜਵਾਬ ਨਹੀਂ ਦੇ ਰਹੇ ਤੁਸੀਂ। ਹਾਂਜੀ, ਉਹਨਾਂ ਨੇ ਦੋਵਾਂ ਨੇ ਉੱਥੇ ਬੋਲਿਆ ਸੀਗਾ। ਕੀ ਚੀਜ਼ ਬੋਲਿਆ ਸੀ? ਉਹਨਾਂ ਨੇ ਬੋਲਿਆ ਸੀਗਾ ਵੀ ਚੜ੍ਹਦੀ ਕਲਾ ਦੇ ਵਿੱਚ ਮੋਰਚਾ ਸਮਾਪਤ ਹੋ ਜਾਵੇਗਾ ਜੇ ਸਾਡੀਆਂ ਮੰਗਾਂ ਮੰਨ ਲਿੱਤੀਆਂ ਜਾਣਗੀਆਂ। ਕਿਹੜੀਆਂ ਮੰਗਾਂ ਮੰਨੀਆਂ ਗਈਆਂ ਦੱਸੋ ਮੈਨੂੰ। ਚਲੋ ਤੇ ਫਿਰ ਮੋਰਚਾ ਖਤਮ ਕਿ ਹੋ ਗਿਆ? ਮੈਂ ਉਹੀ ਤਾਂ ਹੀ ਤਾਸੀ ਪਿੱਟ ਰਿਹਾ, ਹੋਰ ਕਾਹਦੇ ਵਾਸਤੇ ਪਿੱਟ ਰਿਹਾ? ਤੁਸੀਂ ਉੱਥੇ ਵਿਰੋਧ ਨਹੀਂ ਕੀਤਾ? ਮੈਂ ਉੱਥੇ ਗਿਆ, ਮੈਂ ਕਿਉਂ ਵਿਰੋਧ ਕਰਾਂ? ਤੁਹਾਡੇ ਵੱਲੋਂ ਕਿਸੇ ਨੇ ਵਿਰੋਧ ਕੀਤਾ? ਸਾਰੀ ਦੁਨੀਆ ਨੇ ਵਿਰੋਧ ਕੀਤਾ, ਸਾਰੀ ਸੰਗਤ ਨੇ ਵਿਰੋਧ ਕੀਤਾ ਉੱਥੇ, ਔਰ ਸਾਰੀ ਦੁਨੀਆ ਨੇ ਵਿਰੋਧ ਕੀਤਾ, ਔਰ ਉੱਥੇ ਸ਼ਨੀਚਰਵਾਰ ਨੂੰ ਦੁਬਾਰਾ ਮੀਟਿੰਗ ਰੱਖੀ ਜਾ ਰਹੀ ਹੈ ਬਰਗਾੜੀ 'ਚ। ਠੀਕ ਹੈ, ਹੁਣ ਰੱਖੀ ਜਾ ਰਹੀ ਹੈ? ਯੈਸ, ਰੱਖੀ ਗਈ, ਸਾਡੀ ਮੀਟਿੰਗ ਹੈ, ਇਹਨਾਂ ਦੀ ਨਹੀਂ। ਠੀਕ ਹੈ, ਡਾਕਟਰ ਲੋ, ਹਾਂਜੀ, ਅਕਾਲੀ ਦਲ ਨੇ ਪਹਿਲਾਂ ਇਲਜ਼ਾਮ ਲਾਏ ਦਾਦੂਵਾਲ 'ਤੇ ਕਿ ਇਹਨਾਂ ਨੂੰ ਫੰਡਿੰਗ ਹੁੰਦੀ ਹੈ, ਹੁਣ ਅਕਾਲੀ ਦਲ ਇਲਜ਼ਾਮ ਲਾ ਰਿਹਾ ਕਿ ਇਹਨਾਂ ਦਾ ਪੈਸਿਆਂ ਦਾ ਰੋਲਾ ਹੈ, ਇਸ ਕਰਕੇ ਆਪਸ ਵਿੱਚ ਉਲਝੇ ਹੈ ਕਾਂਗਰਸ, ਨਾਲੇ ਕਾਂਗਰਸ ਵੀ ਇਲਜ਼ਾਮ ਲਾ ਰਹੇ ਹੈਗੇ ਕਿ ਕਾਂਗਰਸ ਦਾ ਮੋਰਚਾ ਸੀਗਾ। ਡਾਕਟਰ ਲੋ, ਤੁਸੀਂ ਉਸੇ ਮੋਰਚੇ ਵਿੱਚ ਵੀ ਜਾ ਕੇ ਆਏ ਹੋ, ਤੁਹਾਡੀ ਸਿਆਣਪ ਕੀ ਕਹਿੰਦੀ ਹੈਗੀ ਹੈ ਅਤੇ ਇਸ ਸਿਆਣਪ ਦੇ ਵਿਚਾਰ ਜਿਹੜੀ ਸਿਆਸਤ ਹੋ ਰਹੀ ਹੈ ਉਹਦੇ ਬਾਰੇ ਕੀ ਟਿੱਪਣੀ ਕਰੋਗੇ? ਦੇਖੋ, ਇਹ ਜਿਹਨਾਂ ਇਹਨਾਂ ਦੀ ਸਿਆਸਤ ਸੀ ਉਹ ਵੀ ਗੰਧਲੀ ਸੀ। ਜਿਹੜਾ ਇਹਨਾਂ ਦਾ ਕਿਰਦਾਰ ਆ ਤਿੰਨ ਬੰਦਿਆਂ ਦਾ, ਸਿਮਰਜੀਤ ਸਿੰਘ ਮਾਨ, ਦਾਦੂਵਾਲ ਅਤੇ ਮੰਡ, ਇਹ ਤਿੰਨਾਂ ਦਾ ਕਿਰਦਾਰ ਪੈਸੇ ਦੇ ਮਸਲੇ ਦੇ ਵਿੱਚ ਗੰਧਲਾ, ਟੋਟਲੀ ਗੰਧਲਾ। ਤੁਹਾਡੇ ਕੋਲ ਪ੍ਰੂਫ ਹੈਗਾ? ਮੇਰੇ ਕੋਲ ਪ੍ਰੂਫ ਸਿੰਪਲ, ਮੈਂ ਕੋਈ, ਮੇਰੇ ਕੋਲ ਨਾ ED ਆ ਨਾ ਕੋਈ ਇਨਫੋਰਸਮੈਂਟ ਆ, ਨਾ ਮੇਰੇ ਕੋਲ ਸਟੇਜ ਦੇ ਹਿਸਾਬ ਨਾਲ ਦੇ ਰਿਹਾ, ਦੋ ਰੌਲਾ ਤਾਂ ਹੀ ਦੇ ਰਿਹਾ ਨਾ। ਇੱਕ ਮਿੰਟ, 1,42,00,000 ਦੀ ਗੱਲ ਕਰ ਰਿਹਾ ਮੰਡ, ਇੱਕ ਕਰੋੜ 48 ਲੱਖ ਦੀ ਟ੍ਰਾਂਜੈਕਸ਼ਨ ਹੋਈ ਆ, ਤਾਂ ਉਸ ਦੀ ਕੀ ਟ੍ਰਾਂਸਪੇਰੈਂਸੀ ਆ? ਅੱਜ ਤੁਸੀਂ ਕਿਸੇ ਬੈਂਕ ਦੇ ਵਿੱਚੋਂ 10 ਲੱਖ ਤੋਂ ਵੱਧ ਐਟ ਏ ਟਾਈਮ ਤੁਸੀਂ ਪੈਸਾ ਕਢਾ ਹੀ ਨਹੀਂ ਸਕਦੇ। ਦੈਟ ਆਈ ਨੋ ਫੋਰ ਸਰਟਨ, ਆਈ ਨੋ ਫੋਰ ਡੈਫੀਨੇਟ। ਤੋ ਇਹਨਾਂ ਨੇ 1,48,00,000 ਦੀ ਟ੍ਰਾਂਜੈਕਸ਼ਨ ਕੀਤੀ ਆ, ਕਿੱਥੋਂ ਆਇਆ ਪੈਸਾ, ਕਿਹਨੂੰ ਗਿਆ ਪੈਸਾ? ਮੈਂ ਸਮਝਦਾ ਇਹਨਾਂ ਦੀ ਸਭ ਤੋਂ ਵੱਡੀ ਡਿਸਓਨੈਸਟੀ, ਔਰ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਦੇ ਵਿੱਚ ਤਿੰਨੇ ਗੁਨਾਹਗਾਰ ਆ, ਸਿਮਰਜੀਤ ਸਿੰਘ ਮਾਨ ਔਰ ਉਹਦੇ ਕ੍ਰੀਏਸ਼ਨਸ ਹੈਗੇ ਦੋਨੇ ਬੰਦੇ, ਔਰ ਮੰਡ ਅਤੇ ਦੂਸਰਾ ਕੀ ਇਹਦਾ ਨਾਮ, ਦਾਦੂਵਾਲ। ਵੀ ਜੇ ਮੈਂ ਇਹ ਗੱਲ ਇਹਨਾਂ ਨੂੰ ਕਹੀ ਸੀ, ਮੈਂ ਫਿਰ TV ਤੁਹਾਡੇ TV ਚੈਨਲ 'ਤੇ ਹੀ ਕਹੀ ਸੀ, ਸਭ ਤੋਂ ਪਹਿਲਾਂ ਮੈਂ ਹੀ ਕਹੀ ਆ 2 ਮਹੀਨੇ ਪਹਿਲਾਂ, ਵੀ ਜੇ ਪੈਸਾ ਆ ਰਿਹਾ ਤੁਸੀਂ ਬੈਂਕ ਦੇ ਵਿੱਚ ਜਮ੍ਹਾਂ ਕਰਾਓ, ਚੈੱਕ ਲਓ, ਪੈਸਾ ਖਰਚ ਕੀਤਾ ਜਾ ਰਿਹਾ, ਬੈਂਕ ਦੀ ਸਟੇਟਮੈਂਟ ਰੋਜ਼ਾਨਾ ਤੁਹਾਡੇ ਬੋਰਡ 'ਤੇ ਲੱਗਣੀ ਚਾਹੀਦੀ ਆ, ਇੰਨਾ ਪੈਸਾ ਆਇਆ, ਇੰਨੇ ਦਾ ਚੈੱਕ ਕੱਟਿਆ ਫਲਾਣੇ ਖਰਚ ਲਈ, ਇੰਨੇ ਦਾ ਚੈੱਕ ਕੱਟਿਆ ਫਲਾਣੇ ਖਰਚ ਦੇ ਲਈ, ਇੰਨਾ ਪੈਸਾ ਸਾਡਾ ਬਕਾਇਆ, ਰੋਜ਼ ਦੀ ਰੋਜ਼ ਸਟੇਟਮੈਂਟ ਤੁਸੀਂ ਬੈਂਕ ਤੋਂ ਲੈ ਕੇ ਉੱਥੇ ਲਾਓ। ਪਰ ਇਹਨਾਂ ਨੇ ਸਾਰੀ ਚੀਜ਼ ਕੀਤੀ ਗੋਲਮੋਲ, ਪੈਸੇ ਦਾ ਵੀ ਬੜਾ ਮਸਲਾ ਹੈਗਾ, ਔਰ ਇਸ ਕਿਸਮ ਦੀ ਡਿਸਓਨੈਸਟੀ, ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਵਿੱਚ ਬੈਠ ਕੇ ਝੂਠ ਬੋਲਣਾ, ਡਿਸਓਨੈਸਟੀ ਕਰਨੀ, ਮੋਰਲੀ ਬਹੁਤ ਹੀ ਘਟੀਆਪਨ ਹੈ। ਅਕਾਲੀ ਦਲ ਦੇ ਇਲਜ਼ਾਮਾਂ ਦੇ ਨਾਲ ਡਾਕਟਰ ਢਿੱਲੋਂ ਇਤਫਾਕ ਰੱਖਦੇ ਆ? ਹਾਂਜੀ, ਅਕਾਲੀ ਦਲ ਦੇ ਮੈਂ ਅਕਾਲੀ ਦਲ ਦੇ ਨਾਲ ਹੀ, ਮੈਂ ਇੰਡੀਪੈਂਡੈਂਟਲੀ ਇਸ ਗੱਲ ਨੂੰ ਮਹਿਸੂਸ ਕਰਦਾ। ਉੱਥੇ ਵੀ ਮੈਂ ਦੇਖ ਕੇ ਆਇਆ, ਇਹ ਆਪਣੇ ਪੱਟਾਂ ਦੇ ਹੇਠਾਂ ਲਿਫਾਫੇ ਰੱਖੀ ਜਾਂਦੇ ਸੀ ਦੋਨੇ ਜਾਣੇ, ਮੇਰੀ ਪ੍ਰੈਜੈਂਸ ਦੇ ਵਿੱਚ ਰੱਖੇ ਗਏ। ਮੈਨੂੰ ਇਹ ਕਹਿਣ ਲੱਗੇ ਵੀ ਤੁਸੀਂ ਉੱਥੇ ਬੋਲੋ, ਮੈਂ ਕਿਹਾ ਮੈਂ ਨਹੀਂ ਬੋਲੂੰਗਾ। ਉਹ ਕਹਿੰਦੇ ਕਿਉਂ ਨਹੀਂ ਬੋਲੋਗੇ? ਮੈਂ ਕਿਹਾ ਮੈਂ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਝੂਠ ਨਹੀਂ ਬੋਲ ਸਕਦਾ, ਜੇ ਮੈਂ ਸੱਚ ਬੋਲੂੰਗਾ ਤੁਸੀਂ ਮੇਰੀ ਪੱਗ ਲਾ ਦੋਗੇ ਇੱਥੇ। ਇਹ ਗੱਲ ਮੇਰੀ ਹੋਈ। ਔਰ ਇਹ ਇੱਕ ਗੱਲ ਹੋਰ ਮੈਂ ਤਾਂ ਇੱਥੇ ਦੱਸਣੀ ਚਾਹੁੰਦਾ, ਜਿਹੜੀ ਬੜੀ ਹੀ ਘਟੀਆ ਗੱਲ ਆ, ਇਸ ਨੇ ਮੰਡ ਨੇ, ਮੈਂ ਅਤੇ ਗੁਰਤੇਜ ਅਸੀਂ ਦੋਨੇ ਸੀ, ਇਸ ਨੇ ਕਿਹਾ ਮੈਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦਿਖਦੇ ਆ। ਕਿੱਡੀ ਘਟੀਆ ਗੱਲ ਆ, ਕਿਹਨੂੰ ਤੂੰ ਗੁੰਮਰਾਹ ਕਰ ਰਿਹਾ, ਕਿਤਨਾ ਤੂੰ ਵੱਡਾ ਪਾਪ ਕਰ ਰਿਹਾ, ਕਿਤਨੀ ਵੱਡੀ ਤੂੰ ਮਤਲਬ ਇਮੋਰਲ, ਅਨਐਥੀਕਲ, ਇਰਲੀਜੀਅਸ ਗੱਲ ਕਰ ਰਿਹਾ, ਮਤਲਬ ਦੈਟ ਵਾਸ, ਦੈਟ ਸ਼ੁਕ ਮਾਈ ਮਾਈਂਡ, ਦੈਟ ਸ਼ੁਕ ਮਾਈ, ਲਿਸਨ ਟੂ, ਲਿਸਨ ਟੂ, ਲਿਸਨ ਟੂ, ਸਵਾਲ ਹੈਗਾ, ਲਿਸਨ ਟੂ, ਢਿੱਲੋ, ਜਦੋਂ ਆਪਸ ਵਿੱਚ ਬਖਰੇਵਾ ਹੁੰਦਾ, ਤੁਸੀਂ ਕਹਿ ਰਹੇ ਹੋ ਕਿ ਪੈਸਿਆਂ ਦਾ ਰੋਲਾ ਹੈਗਾ, ਡੈਫੀਨਿਟਲੀ ਹੈ, ਮੇਰਾ ਸਵਾਲ ਇਹ ਹੈਗਾ, ਜਦੋਂ ਧਿਆਨ ਸਿੰਘ ਮੰਡ ਨੂੰ ਅੱਜ ਦੁਬਾਰਾ ਸਵਾਲ ਕੀਤਾ ਜਾਂਦਾ ਹੈ ਕਿ 20 ਦਸੰਬਰ ਨੂੰ ਕੀ ਹੋਵੇਗਾ, ਉਹ ਕਹਿੰਦੇ 20 ਦਸੰਬਰ ਨੂੰ ਪੁੱਛਿਓ ਦਾਦੂਵਾਲ ਮੇਰੇ ਨਾਲ ਹੈ ਜਾਂ ਨਹੀਂ, ਤੁਸੀਂ ਅੱਜ ਦੀ ਰਾਜਨੀਤਿਕ ਗੱਲ ਕਰੋ, ਨਾਲ ਹੈ ਦਾ ਦਾਵਾ ਕਿਉਂ ਹੈ ਫਿਰ? ਮੇਰਾ ਇਹ ਕੰਸਰਨ ਨਹੀਂ ਹੈ, ਕੋਈ ਕਿਸੇ ਦੇ ਨਾਲ ਹੈ, ਕੋਈ ਕਿਸੇ ਦੇ ਨਾਲ ਨਹੀਂ ਹੈ, ਮੈਨੂੰ ਤਾਂ ਇਹ ਡਿਲੀਵਰ
किया जिस लिए वह बैठे से मैनू 100% शक आ कि ये बंदे जिहड़े सी कांग्रेस ने बिठाए सी टू गिव डायवर्शन क्योंकि एक किस्म की अनरेस्ट पंजाब दे विच पैदा हो चुकी सी। देखो किस तरह हुई है बड़ी इंटरेस्टिंग गल दोनों चीजां तुसीं अकाली दल दी ले रहे हो नहीं नहीं अकाली दल इल्जाम ला रहे अकाली दल हुण गल कह रहा मैं सानू भी मसरा पी दे अकाली दल दी कोई गल नहीं जे सच बोल रहे हो मैं गल तां सुन लो गल सुनो जिहड़ी अकाली दल ने नहीं कही हाई कोर्ट दे विच पुलिस ऑफिसर्स केस लैके गए जिन्हां ते इल्जाम सीगा उत्थे जिहड़ा तुहाडा एजी आ उहदे 150-200 बंदा उत्थे बैठा हाई कोर्ट दा जज कह रहा बुला अपने वकील नूं कोई वकील उत्थे डिफेंड कर नहीं गया एंड द इंटायर पुलिस ऑफिशल्स हू वर रिस्पोंसिबल फॉर दीज एट्रोसिटीज जिन्हां ने जुल्म सितम कीता उन्हां दा लगाम खुला छड़ दिता गया। एक गल एस्टेब्लिश करदी आ भी कांग्रेस की मिली भुगत है ये सारे जो बरगाड़ी मोर्चा उसके पिछे और साडू साहब है दोनों साडू आ अमरिंदर ते सिमरजीत मान साडू आ और अमरिंदर ने ही उन्हें सिमरजीत मान ही उत्थे बैठ के सारा कुछ ड्रामा किया और अमरिंदर ने इसने इन्हें क्या मान ने कहा भी इस बड़े गप्पे चो मैनू कुछ नहीं मिले दिस इज ए पब्लिक स्टेटमेंट विच वाज पब्लिश्ड इन द न्यूज़पेपर्स। तो यह सारा गल पैसे की भी है एक गल सारी ऑनेस्टी की भी है इंटैग्रिटी की भी है सारा कुछ हुण इस दे विच तुसी होर देख लो भी पुलिस कौन जिम्मेवार आ कौन दोषी आ उन्हां दो बच्चों नूं मरवाउण वाला उहदे विच कल्पेबिलिटी भी है उहदे विच अकाउंटेबिलिटी भी है उहदे विच सीधे तौर ते तुसी बादल क्योंकि इस वेले मिले हुए आ दोने अमरिंदर नाल मिले मैं सारी गल कहूं थोड़ा स्पेसिफिक कर मेरे दिल दे थोड़ा स्पेसिफिक कर दो कांग्रेस ने ये मोर्चा लगवाया कांग्रेस ते अकाली दल दोनों रले होए आ सिमरन सिंह मान ने दादूवाल ते मंड नु खड़े कीता तुसी सारी गल कह रहे हो यस आई एम थोड़ा ब्रेक लेना ब्रेक तो वापस आवा केपी जी आ रहे इंसाफ ली कौम हुण किस लड़ाई ते भरोसा करेगी सवाल बहुत महत्वपूर्ण है क्या क्योंकि कौम है कौम इंतजार कर रही थी इंसाफ मिलेगा मोर्चा लग्या है क्या ये मोर्चा उदो चक्या जाएगा जो इंसाफ मिल जाएगा पर हुण जिहड़े इस पैनल दे विच सवाल उठ के सामने आ रहे हैं उन्होंने सवालों के विचाले ये सवाल उठ खड़ा होया कि बरगाड़ी मोर्चे ते तानाशाही दे विचाले ये दोनों मतवाजी जथेदार फसे हुए हैं जां ये तानाशाही दे विचाले किसी होर दा रोल भी हैगा बिल्कुल वापस आ रहे हैं। सवाल असीं ये पूछ रहे हैं बरगाड़ी इंसाफ मोर्चा किस दी मर्जी नाल मुखाया क्या खास पैनल साडा मौजूद हैगा श्रोमणी अकाली दल के बुलारे साडे नाल हैगे आ कांग्रेस के बुलारे साडे नाल हैगे आ कैप्टन जनरल सिद्धू साडे नाल हैगे आ ते हुण रंजन लखनपाल ये श्रोमणी अकाली दल अमृतसर जिन्हां नूं तुसीं मान दल भी कह दें लीगल एडवाइजर सैल कोआर्डीनेटर के इन्हों का पहला नाम है रंजन लखनपाल जी थोड़ा बहुत स्वागत करते हैं मैं थोड़ा तुसीं देर नाल आए हो कोई गल नहीं चलो वो चीज़ा हो जाए पर देरी इंसाफ मोर्चे दे विच हो सकती सी कि नहीं हो सकती सी ये त्रेड पई क्यों आ रहा चंदी बराड़ तुहाडे कोल रंजन लखनपाल तुहानू सवाल कर रहा इंसाफ मोर्चे दे विच होर देरी हो सकती सी जां नहीं हो सकती सी क्योंकि दादूवाल साहब ने इल्जाम लाया कि मांड साहब ने काली की है मोर्चे दीआं मंगां जिहड़ियां बाकी हैगीआं अजे ਵੀ ਮੈਂ ਸਮਝਦਾ ਕਿ ਜਿਹੜੀਆਂ ਡਿਮਾਂਡਸ ਅਸੀਂ ਕੀਤੀਆਂ ਸੀਗੀਆਂ ਉਹ 'ਚ ਕਾਫੀ ਤਾਂ ਸਰਕਾਰ ਮੰਨਣ ਲਈ ਤਿਆਰ ਹੈਗੀ ਹੈ ਔਰ ਉਹਨਾਂ ਨੇ ਪ੍ਰੋਮਿਸ ਕੀਤਾ ਕਿ ਅਸੀਂ ਇਹ ਜਿਹੜੀਆਂ ਡਿਮਾਂਡਸ ਹੈਗੀਆਂ ਜਿਵੇਂ ਕਿ ਜਿਹੜੇ ਬੰਦੇ ਅੰਦਰ ਨੇ ਇਸ ਵੇਲੇ ਆਪਣੀਆਂ ਸਜ਼ਾਵਾਂ ਕੱਟ ਚੁੱਕੇ ਨੇ ਔਰ ਉਹਦੀ ਰਿਹਾਈ ਨਹੀਂ ਹੋਈ ਹੁਣ ਤੱਕ ਉਹਨਾਂ ਸਾਰਿਆਂ ਨੂੰ ਛੱਡਣ ਲਈ ਉਹ ਸਰਕਾਰ ਜਿਹੜੀ ਹੈਗੀ ਤਿਆਰ ਹੈਗੀ ਕਿੰਨੇ ਬੰਦੀ ਸਿੰਘ ਕੋਲ ਰੰਜਨ ਲਖਨਪਾਲ ਜੀ ਮੇਰੇ ਖਿਆਲ ਕੋਈ ਕਾਫੀ ਹੈਗੇ ਸੌ ਕੁ ਬੰਦੇ ਤਾਂ ਹੋਣੇ ਹੀ ਹੈ ਤੇ ਪੰਜਾਬ ਸਰਕਾਰ ਦੇ ਹੱਥ ਵਸ ਕੀ ਹੈ ਪੰਜਾਬ ਸਰਕਾਰ ਦੇ ਹੱਥ 'ਚ ਸਭ ਕੁਛ ਹੈ ਜਦ ਉਹਨੇ ਮੇਰੀ ਸਜ਼ਾ ਪੂਰੀ ਕਰ ਚੁੱਕੀ ਹੈਗੀ ਹੈ ਜਿਹੜੇ ਸੂਬੇ ਤੋਂ ਬਾਹਰ ਬਾਕੀ ਜੇਲ੍ਹਾਂ 'ਚ ਹੈਗੇ ਆ ਉਹ ਉਸ ਤੇ ਸਰਕਾਰ ਦੇ ਹੱਥ ਕੋਈ ਰੋਲ ਹੈਗਾ ਸਰਕਾਰ ਦਾ ਹੱਥ ਰੋਲ ਚਿੱਠੀਆਂ ਲਿਖ ਸਕਦੇ ਨਾ ਚਿੱਠੀਆਂ ਤਾਂ ਪਹਿਲਾਂ ਲਿਖੀਆਂ ਜਾ ਰਹੀਆਂ ਚਿੱਠੀਆਂ ਲਿਖੇ ਜਾ ਚੁੱਕੀਆਂ ਪਰ ਸਰਕਾਰ ਦੇ ਨਾਲ ਸਰਕਾਰ ਜਿਹੜੀ ਸੈਂਟਰਲ ਗਵਰਨਮੈਂਟ ਹੈਗੀ ਹੈ ਉਹਨਾਂ ਨਾਲ ਗੱਲ ਕਰਕੇ ਕੁਛ ਨਾ ਕੁਛ ਤੁਹਾਨੂੰ ਸਰਕਾਰ ਨੇ ਕੋਈ ਹੱਥ ਪੱਲੇ ਫੜਾਇਆ ਜਦੋਂ ਮੋਰਚਾ ਸਮਾਪਤ ਕੀਤਾ ਜੀ ਉਹਨੇ ਪ੍ਰੋਮਿਸ ਕੀਤਾ ਮੇਰੇ ਖਿਆਲ ਸਰ ਪ੍ਰੋਮਿਸ ਹੀ ਕੀਤਾ ਪ੍ਰੋਮਿਸ ਤਾਂ ਪਹਿਲਾਂ ਵੀ ਕਰ ਰਹੀਆਂ ਸਰਕਾਰਾਂ ਉਹ ਤਾਂ ਹੁਣ ਪ੍ਰੋਮਿਸ ਹੀ ਕਰ ਸਕਦੇ ਉਹ ਤਾਂ ਕੁਛ ਤੁਸੀਂ ਪ੍ਰੋਮਿਸ ਹੀ ਮੋਰਚਾ ਖਤਮ ਕਰਤਾ ਜੇ ਉਹ ਐਕਸ਼ਨ ਨਹੀਂ ਲੈਂਦੇ ਫਿਰ ਬੈਠ ਸਕਦੇ ਫਿਰ ਪਤਾ ਕੰਮ ਕਰ ਸਕਦੇ ਨੇ ਹਾਂ ਫਿਰ ਦੁਬਾਰਾ ਮੋਰਚਾ ਲਾ ਸਕਦੇ ਆਹੋ ਮੋਰਚਾ ਇਕੱਠੇ ਲਾਉਂਗੇ ਹੁਣ ਜਿਹੜੇ ਪਹਿਲਾਂ ਨਾਲ ਸੀਗੇ ਜਾਂ ਹੁਣ ਵੱਖ ਵੱਖ ਹੋਊਗਾ ਉਹਦਾ ਡਿਪੈਂਡ ਕਰੇਗਾ ਉਸ ਵੇਲੇ ਜਦੋਂ ਲਾਉਣਗੇ ਫਿਰ ਮੋਰਚਾ ਬੜੇ ਡਿਪਲੋਮੈਟਿਕ ਜਵਾਬ ਹੈ ਤੁਹਾਡਾ ਚੰਜੀ ਬਰਾੜ ਹਾਂ ਕੀ ਕਹਿਣਾ ਚਾਹ ਰਹੇ ਹੋ ਮੈਂ ਇੱਕ ਬੇਨਤੀ ਕਰਦਿਆਂ ਕਿ ਵਾਰ ਵਾਰ ਹਰੇਕ ਸਾਡੇ ਵਿਰੋਧੀ ਵੱਲੋਂ ਇਸ ਚੀਜ਼ ਨੂੰ ਬੜੇ ਜ਼ੋਰ ਸ਼ੋਰ ਨਾਲ ਜਿਵੇਂ ਸਾਨੂੰ ਪਹਿਲਾਂ ਕਈ ਗੱਲਾਂ 'ਚ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਅੱਜ ਵੀ ਇੱਕ ਬੜੀ ਵੱਡੀ ਇੱਕ ਸੱਟ ਮਾਰੀ ਜਾ ਰਹੀ ਹੈ ਸਾਡੇ 'ਤੇ ਬੜਾ ਵੱਡੇ ਇਲਜ਼ਾਮਾਤ ਲਾਏ ਜਾ ਰਹੇ ਹੈ ਕਿ ਇਹ ਜੀ ਮਿਲੇ ਹੋਏ ਹੈ ਜਿਸ ਤਰੀਕੇ ਦੀ 7 ਘੰਟੇ ਦੀ ਵਿਧਾਨ ਸਭਾ ਦੇ ਵਿੱਚ ਕਿਰਦਾਰ ਕੁਸ਼ੀ 93 ਸਾਲ ਦੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ 5 ਵਾਰੀ ਦੇ ਮੁੱਖ ਮੰਤਰੀ ਨੇ
जिस किस्म के शब्द जिस किस्म की किरदार कुशी उस परिवार की की गई कि कोई मन सकता कि कोई ये मिले हुई ज रले हुए वाली गल् है बंदा कोई जो नुकसान है वित्तीय नुकसान जर सकता है कोई इदू तो कोई होर नुकसान जर सकता है पर जिस किस्म का पुरखों तो ला के बंदे को के मारन वाली गल हो अज भी साढ़े तो इल्जाम यही लगी जाते भी भाई मिले हुए इन्होंने ये फ्रंट बना के दिता इन्होंने बिठाए बदनाम करने लिए राष्ट्रपति ने कठिया पाई सरकार कठिया बनाई अज विधान लोग सभा का सैशन चल रहा है अज एनडीए के खिलाफ यूपीए रल के मीटिंग कर रहे हैं किन्ना रले है सारे के सामने है सानू नहीं दसन की लोड़ पर मैं बेनती कर दिया कि यह बहुत वड्डा इल्जामत है जो नहीं होना चाहिए पर मैं एक बेनती कर दिया जे इन्हां नूं सरकार नूं तुरंत जे जिवें पहला इलैक्शन तो पहला कहिंदे सी सानूं पता सी चुटकी मारे फड़ लांगे फड़ लेने चाहिए सी जे पता सी तां ते जे नहीं जे पता सी ते फड़े क्यों नहीं डेढ़ पौने दो साल ये भी है इहदे पिछे वड्डा कारण इह है जिहड़ा ढिल्लों साहब ने एक गल कीती है चलो तुसीं डिमांड करदे हो तुसीं डिमांड करदे हो कि डेरा मुखी नूं प्रोडक्शन वार्न ते लिआंदा जाणा चाहीदा मेरी गल तां पूरी होलण दे करो जी ਸਾਡੇ ਨਹੀਂ ਉਹ ਡੇਰਾ ਮੁਖੀ ਨਹੀਂ ਲੈਣਾ ਸਾਡੇ ਨਹੀਂ ਉਹ ਕਿਹਨੂੰ ਫੜ ਲੈਣਾ ਤੁਸੀਂ ਡਿਮਾਂਡ ਕਰ ਸਕਦੇ ਹੋ ਕਿ ਨਹੀਂ ਤੁਸੀਂ ਡਿਮਾਂਡ ਕਰ ਸਕਦੇ ਹੋ ਕਿ ਨਹੀਂ ਅਕਾਲੀ ਦਲ ਡਿਮਾਂਡ ਕਰ ਸਕਦਾ ਹੈ ਹੁਣ ਤੱਕ ਕਹਿ ਕੇ ਗਿਆ ਵੀ ਦੋਸ਼ੀ ਅਸੀਂ ਫੜ ਲਿਆ ਹਾਂ ਤੇ ਫਿਰ ਅਕਾਲੀ ਦਲ ਡਿਮਾਂਡ ਨਹੀਂ ਕਰ ਸਕਦਾ ਇਸ ਗੱਲ ਦੀ ਵੀ ਡੇਰਾ ਮੁਖੀ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆਦਾ ਜਾਵੇ ਦੋਸ਼ੀ ਕੋਈ ਵੀ ਪਾਰਟੀ ਦਾ ਬੰਦਾ ਹੋਵੇ ਕੋਈ ਵੀ ਧਾਰਮਿਕ ਆਗੂ ਹੋਵੇ ਤੇ ਭਾਵੇਂ ਕੋਈ ਬਦਮਾਸ਼ ਹੋਵੇ ਤੁਸੀਂ ਡੇਰਾ ਮੁਖੀ ਦਾ ਨਾਮ ਕਿਉਂ ਲਿਆ ਮੈਂ ਡੇਰਾ ਮੁਖੀ ਕਿਉਂ ਡੇਰਾ ਮੁਖੀ ਤਾਂ ਕੋ ਵੱਡਾ ਹੈਗਾ ਉਹ ਵੀ ਫੜ ਲੋਗਾ ਸਾਨੂੰ ਅਸੀਂ ਤਾਂ ਕਹਿੰਦੇ ਆ ਅਸੀਂ ਤਾਂ ਹਰ ਰੋਜ਼ ਅਰਦਾਸਾਂ ਕੀਤੀਆਂ ਵੀ ਇਹ ਸਾਨੂੰ ਉਸ ਦਿਨ ਮੁਕਤੀ ਮਿਲਣੀ ਹੈ ਜਦੋਂ ਹਰ ਬੰਦਾ ਫੜਿਆ ਗਿਆ ਇੱਕ ਗੱਲ ਦੂਜੀ ਮੈਂ ਬੇਨਤੀ ਕਰਦੇ ਹਾਂ ਕਿ ਸਰਕਾਰ ਦਾ ਜ਼ੋਰ ਲੱਗਿਆ ਹੋਇਆ ਡੱਕਾ ਤੋੜ ਕੇ ਦੂਰਾ ਨਹੀਂ ਕੀਤਾ ਅਸਲ ਮੁੱਦਿਆਂ ਤੋਂ ਹਟਾਉਣ ਲਈ ਇਹ ਸਾਰੇ ਨਵੇਂ ਨਵੇਂ ਡਰਾਮੇ ਜਿਹੜੇ ਰਚੇ ਜਾ ਰਹੇ ਆ ਆਉਣ ਵਾਲੇ ਦਿਨਾਂ 'ਚ ਹੋਰ ਵੀ ਰਚੇ ਜਾ ਸਕਦੇ ਆ ਇਹ ਸਰਕਾਰ ਨੇ ਹੁਣ ਦਾਦੂਵਾਲ ਤੇ ਮੰਡ ਸਰਕਾਰ ਨੇ ਲੜਾਇਆ ਹੰਡ ਲੜ ਲੇ ਤਾਂ ਪੈਸਿਆਂ ਪਿੱਛੇ ਮੈਂ ਤਾਂ ਪਹਿਲਾਂ ਕਹਿ ਤਾ ਤੁਸੀਂ ਹੁਣ ਮੰਨਣ ਨੂੰ ਤਿਆਰ ਨਹੀਂ ਸਾਰਿਆਂ ਨੇ ਇੱਥੇ ਮੰਨ ਵੀ ਲਿਆ ਤੁਸੀਂ ਨਹੀਂ ਮੰਨਣ ਨੂੰ ਤਿਆਰ ਕਾਂਗਰਸ ਨੇ ਉਹ ਮੋਰਚਾ ਲਵਾਇਆ ਸੀ ਕਾਂਗਰਸ ਨੇ ਉਠਵਾਤਾ ਬੜੀ ਭਾਰੇ ਨਿਖੇਧੀ ਕਰਦੇ ਹਾਂ ਅਸੀਂ ਇਸ ਗੱਲ ਦੀ ਨਾ ਬੜੀ ਇਸ ਗੱਲ ਦੀ ਅਸੀਂ ਨਾ ਕੋਈ ਵਰਡ ਨਹੀਂ ਹੈਗਾ ਇਹੋ ਜਿਹਾ ਕਿਵੇਂ ਇਹੋ ਜਿਹੀ ਗੱਲ ਹੈ ਸਾਰੇ ਸਿੰਘ ਸਾਹਿਬਾਨ ਬੈਠੇ ਨੇ ਕਿਹੋ ਜਿਹੀ ਹਰਕਤ ਕਰਕੇ ਔਰ ਕਿਹੋ ਜਿਹੀ ਗੱਲ ਕਰਦੇ ਹੈਗੇ ਨੇ ਮੈਨੂੰ ਇਹੀ ਸਮਝ ਨਹੀਂ ਆਉਂਦੀ ਹੈਗੀ ਜੇ ਮੈਂ ਦੂਜੇ ਪਾਸੇ ਲੈ ਕੇ ਗੱਲ ਨੂੰ ਜਾਊਂਗਾ ਫਿਰ ਤੁਸੀਂ ਕਹੋਗੇ ਕਿ ਰਾਜਨੀਤਿਕ ਹੋ ਗਈ ਹਰਿਮੰਦਰ ਸਾਹਿਬ ਦਾ ਪੈਸਾ ਕਿੱਥੇ ਜਾਂਦਾ ਆ ਬੈਠੇ ਨੇ ਢਿੱਲੋਂ ਸਾਹਿਬ ਜਿਹੜੀ ਗੱਲ ਕਰ ਰਹੇ ਸੀ ਮੰਡ ਸਾਹਿਬ ਦੀ ਗੱਲ ਕਰ ਰਹੇ ਸੀ ਇੱਕ ਸੈਕਿੰਡ ਸਰ ਇੱਕ ਸੈਕਿੰਡ ਆਡਿਟ ਤੋਂ ਵੀ ਤੁਹਾਡੀ ਕਰ ਰਹੇ ਮੇਰਾ ਮਤਲਬ ਤੁਸੀਂ ਡਿਫੈਂਡ ਕਰ ਰਹੇ ਹੋ ਇੱਕ ਮਿੰਟ ਯਾ ਕਹਿੰਦੇ ਡਿਫੈਂਡ ਤੁਸੀਂ ਇਲਜ਼ਾਮ ਕਿਉਂ ਲਾ ਰਹੇ ਹੋ ਮੈਂ ਤਾਂ ਤੁਹਾਡੇ ਤੁਸੀਂ ਕਿਸੇ ਮੈਨੂੰ ਤੁਹਾਡੀ ਗੱਲ ਕਰ ਰਹੇ ਹੋ ਪੈਸੇ ਲੈਣ ਦਿੰਦੇ ਨਹੀਂ ਕਮਾਲ ਦੀ ਗੱਲ ਕਰ ਰਹੇ ਹੋ ਤੁਸੀਂ ਕੇਪੀ ਜੀ ਇਸ ਗੱਲ ਨੂੰ ਪੁੱਛਿਆ ਕਿ ਤੁਹਾਡੇ ਕੋਲ ਕੋਈ ਪ੍ਰੂਫ ਹੈ ਤੁਹਾਡੇ ਕੋਲ ਕੋਈ ਗੱਲ ਹੈ ਕੋਈ ਪ੍ਰੂਫ ਹੈ ਕਿਸੇ ਤੇ ਵੀ ਇਲਜ਼ਾਮ ਲਾ ਦਿਓ ਹੁਣ ਮੈਂ ਉਹਨੂੰ ਡਿਫੈਂਡ ਕਰ ਰਿਹਾ ਅਸੀਂ ਤਾਂ ਬੈਂਕ ਦੇ ਦਿੱਤੇ ਹੋਏ ਅਗਲੀ ਗੱਲ ਸੁਣੋ ਸਰ ਅਗਲੀ ਗੱਲ ਸੁਣੋ ਮੈਂ ਤੁਹਾਡੇ ਕੋਲ 20 ਮਿੰਟ ਬਾਅਦ ਆਇਆ 15 ਮਿੰਟ ਬਾਅਦ ਮੇਰੀ ਗੱਲ ਪੂਰੀ ਹੋ ਲੈਂਦੀ ਇਹਨਾਂ ਨੇ ਕਾਂਗਰਸ ਤੇ ਇਲਜ਼ਾਮ ਲਾਤਾ ਕਿ ਕਾਂਗਰਸ ਦੇ ਬੰਦੇ ਨੇ ਜੀ ਕਾਂਗਰਸ ਦੇ ਉਹਨਾਂ ਨੇ ਅਗਰ ਤੁਸੀਂ ਇਹੋ ਜਿਹੀਆਂ ਗੱਲਾਂ ਨਾ ਕਰਦੇ ਅਗਰ ਤੁਸੀਂ ਅਕਾਲੀ ਦਲ ਇਹੋ ਜਿਹੀਆਂ ਗੱਲਾਂ ਨਾ ਕਰਦਾ ਅਗਰ ਉੱਥੇ ਜਾ ਕੇ ਜੇ ਲੀਡਰ ਬਣਾਇਆ ਸੀ ਤੇ ਲੀਡਰਾਂ ਅਗਰ ਜਾ ਕੇ ਸੰਗਤ ਦੀ ਗੱਲ ਸੁਣਦਾ ਤੇ ਸ਼ਾਇਦ ਤੁਹਾਡੀ ਹਸ਼ਰ ਨਾ ਇਹ ਹੁੰਦਾ ਜਿਹੜਾ ਅੱਜ ਤੁਹਾਡਾ ਹਸ਼ਰ ਹੋਇਆ ਹੈਗਾ ਅਕਾਲੀ ਦਲ ਦਾ ਅੱਜ ਅਗਰ ਪੰਜਾਬ ਦਾ ਕੋਈ ਮਿਨਿਸਟਰ ਉੱਥੇ ਚਲਾ ਗਿਆ ਇੱਕ ਐਜੀਟੇਸ਼ਨ ਚੱਲ ਰਹੀ ਹੈ ਇੱਕ ਧਾਰਮਿਕ ਐਜੀਟੇਸ਼ਨ ਚੱਲ ਰਹੀ ਹੈ ਅਗਰ ਉੱਥੇ ਜਾ ਕੇ ਮਿਨਿਸਟਰ ਦੇ ਉਹ ਕਾਂਗਰਸੀ ਹੋ ਗਏ ਸਾਰੇ ਦੂਸਰੀ ਗੱਲ ਇਹਨਾਂ ਨੇ ਜਦੋਂ 2 ਲੱਖ ਬੰਦਾ ਸਰਬੱਤ ਖਾਲਸਾ ਦੇ ਵਿੱਚ ਗਿਆ ਤੇ ਇਹਨਾਂ ਨੇ ਕਿਹਾ ਜੀ ਉੱਥੇ ਕਾਂਗਰਸੀ ਆਏ ਸੀ ਉਹ ਕਾਂਗਰਸ ਦਾ ਮੰਚ ਸੀ ਤੇ ਹਰ ਸੌਰੀ ਸਿਮਰਨਜੀਤ ਸਿੰਘ ਮਾਨ ਜੀ ਨੇ ਪ੍ਰੈਸ ਕਾਨਫਰੰਸ 'ਚ ਖਾਲਿਸਤਾਨ ਦੀ ਗੱਲ ਕੀਤੀ ਸੀ ਨਾ ਕਿ ਸਟੇਜ 'ਤੇ ਗੱਲ ਕੀਤੀ ਉੱਥੇ ਸਾਡੇ 3 ਸਾਥੀ ਗਏ ਮੈਂ ਅਜੇ ਕਾਂਗਰਸ ਪ੍ਰਵਕਤਾ ਮੈਂ ਹੁਣ ਵੀ ਇੰਨੀ ਗੱਲ ਕਹਿੰਦਾ ਮੈਂ ਦਸਤਾਰ ਬੰਨੀ ਹੈ ਅਗਰ 2 ਲੱਖ ਸਿੱਖ ਕਿਤੇ ਇਕੱਠਾ ਹੋਇਆ ਹੋਏਗਾ ਮੈਨੂੰ ਜਾਣ 'ਚ ਕੀ ਇਤਰਾਜ਼ ਉੱਥੇ ਫਿਰ ਉਧਰ ਰੈਲੀ ਕਿਉਂ ਕੀਤੀ ਇੱਕ ਸੈਕਿੰਡ ਕਿਹੜੀ ਰੈਲੀ ਜੀ ਜਿਹੜੀ ਉਧਰ ਤੁਸੀਂ ਰੈਲੀ ਕੀਤੀ ਉਧਰ ਰੈਲੀ ਕੀਤੀ ਕਿਹੜੀ ਲੰਬੀ ਰੈਲੀ ਜਿਹੜੀ ਉਧਰ ਰੈਲੀ ਕਿਉਂ ਕੀਤੀ 7 ਤਰੀਕ ਓਏ ਹੋਰ ਗੱਲ ਮੈਂ ਹੋਰ ਗੱਲ ਕਰ ਰਿਹਾ ਚੱਬੇ ਚੱਬੇ ਦੀ ਗੱਲ ਕਰ ਰਿਹਾ ਚੱਬੇ ਦੀ ਗੱਲ ਮੈਂ ਸਰਬਤ ਗੱਲ ਬੜੀ ਦੇਰ ਬਾਅਦ ਤੁਸੀਂ ਮੈਨੂੰ ਬੁਲਾਇਆ ਕਿਉਂਕਿ ਮੇਰੀ ਪਾਰਟੀ ਦੇ ਇਲਜ਼ਾਮ ਆ ਗਏ ਮੇਰੀ ਗਵਰਨਮੈਂਟ ਦੇ ਇਲਜ਼ਾਮ ਆ ਗਏ ਦੂਸਰੇ ਪਾਸੇ ਇਹ ਗੱਲ ਕਰਦੇ ਹੈਗੇ ਨੇ ਅਗਰ ਤੁਹਾਨੂੰ 60 ਸੀਟਾਂ ਤੋਂ 14 ਸੀਟਾਂ ਤੇ ਲੈਣ ਦਾ ਕਿਆ ਉਹਦੇ 'ਚ ਸਿੱਖ ਨਹੀਂ ਹੈਗੇ ਸੀ ਕਿਆ ਉਹਦੇ 'ਚ ਸਿੱਖ ਪੰਥ ਨਹੀਂ ਹੈਗਾ ਸੀ ਤੁਸੀਂ ਤਾਂ ਵੋਟਰ ਨੂੰ ਵੀ ਝੂਠ ਲਾ ਰਹੇ ਹੋ ਇਸ ਗੱਲ ਨੂੰ ਅਗਰ ਉਹ ਬੰਦੇ ਉੱਥੇ 2 ਲੱਖ ਬੰਦਾ ਜਾਂ 3 ਲੱਖ ਬੰਦਾ ਜਾਂ ਇਸ ਤੋਂ ਵੱਧ ਵੀ ਬੰਦਾ ਉੱਥੇ ਬਹਿ ਕੇ ਗੱਲ ਕਰ ਰਿਹਾ ਹੈਗਾ ਤੁਸੀਂ ਉਹਨਾਂ ਨੂੰ ਬਿਲਕੁਲ ਹੀ ਨਕਾਰ ਰਹੇ ਹੋ ਕਿਆ ਉਹ ਪੰਜਾਬ ਦੇ ਸਿਟੀਜ਼ਨ ਨਹੀਂ ਹੈਗੇ ਕਿਆ ਉਹ ਪੰਜਾਬ ਦਾ ਜਿਹੜਾ ਸਿੱਖ ਹੈ ਉਹ ਗੱਲ ਨਹੀਂ ਤੁਸੀਂ ਬੜੀ ਲੰਬੀ ਗੱਲ ਕੀਤੀ ਹੈ ਚੰਜੀ ਬਰਾੜ ਨੇ ਵੀ ਆਪਣੀ ਗੱਲ ਰੱਖੀ ਹੈ ਤੁਸੀਂ ਵੀ ਆਪਣੀ ਗੱਲ ਰੱਖੀ ਹੈਗੀ ਤੁਸੀਂ ਬੁਲਾ ਰਹੇ ਹੋ ਦੋਨੋਂ ਆਪਣੀਆਂ ਪਾਰਟੀਆਂ ਦੇ ਸਵਾਲ ਹੈਗਾ ਗੁਰਵਿੰਦਰ ਬਾਲੀ ਤੁਸੀਂ ਇੱਕ ਦੂਜੇ ਤੇ ਇਲਜ਼ਾਮ ਤਾਂ ਲਾ ਰਹੇ ਹੋ ਇਨਸਾਫ ਦੇਣ ਦੀ ਗੱਲ ਤੁਸੀਂ ਕਿਉਂ ਨਹੀਂ ਕਰ ਰਹੇ ਮਾਨਯੋਗ ਮੈਂ ਫਿਰ ਤੁਹਾਨੂੰ ਉਹੀ ਗੱਲ ਕਹਿ ਰਿਹਾ ਕਿਪੀ ਜੀ ਲੀਗਲ ਸੈੱਲ ਦੇ ਉਹਨਾਂ ਦੇ ਦੇਖੋ ਯੂਨਾਈਟਿਡ ਅਕਾਲੀ ਦਲ ਦੇ ਆ ਕੇ ਬੈਠੇ ਨੇ ਉਹਨਾਂ ਨੇ ਤੁਹਾਨੂੰ ਕੀ ਕਿਹਾ ਮੈਂ ਕਹਿੰਦਾ ਤੁਸੀਂ ਕਹਿੰਦਾ ਜੀ ਕਾਂਗਰਸ ਦੇ ਬੰਦੇ ਦਾ ਆਸ਼ਵਾਸਨ ਦਿੰਦੇ ਨੇ ਹੁਣ ਇੱਕ ਥਰਡ ਫਰੰਟ ਆ ਕੇ ਉਹਨੇ ਇਹ ਗੱਲ ਕਹੀਏ ਕਿ ਹਾਂ ਆਸ਼ਵਾਸਨ
दूसरी गल 15 महीने की सरकार रही जो तो बरगाड़ी जी वो बादल साहब की अवजी गल करते हैं या बादल होर दी अवजी गल करते हैं सुखबे क्यों ना करना अवजी गल 14 महीने की सरकार रही है ਉਹਦੇ ਵਿੱਚ ਤੁਸੀਂ ਸਜ਼ਾ ਕਿਉਂ ਨਹੀਂ ਦਿੱਤੀ ਉਹਨਾਂ ਨੂੰ ਕਿਆ ਤੁਸੀਂ ਆ ਡਰਾਈ ਕਰ ਸਕਦੇ ਹੋ ਕਿ ਬੱਚੇ ਜਿਹੜੇ ਸ਼ਹੀਦ ਹੋਏ ਇੱਕ ਸੈਕਿੰਡ ਸਰ ਨਹੀਂ ਮੈਨੂੰ ਗੱਲ ਪੂਰੀ ਸਰ ਨਹੀਂ ਇਹ ਕੋਈ ਗੱਲ ਥੋੜੀ ਹੈ ਤੁਸੀਂ ਸਾਰੇ ਬੋਲਿਓ ਮੈਂ ਨਹੀਂ ਬੋਲਿਆ ਮੈਨੂੰ ਗੱਲ ਤਾਂ ਹੁਣ ਦੀ ਬੋਲਿਆ ਨਾ ਹੁਣ ਮੈਨੂੰ ਸਵਾਲ ਕਰ ਲੈ ਨਹੀਂ ਮੈਨੂੰ ਮਰ ਬਰਗਾੜੀ ਤੇ ਗੱਲ ਕਰ ਕਹਿਣ ਲਈ ਮੈਨੂੰ ਬਰਗਾੜੀ ਤੇ ਅਗਰ ਮੰਨ ਕੇ ਚੱਲੋ ਦੋ ਬੱਚੇ ਉੱਥੇ ਸ਼ਹੀਦ ਹੋਏ ਨੇ ਅਗਰ ਉੱਥੇ ਗੋਲੀ ਚੱਲੀਏ ਤਾਂ ਕਸੂਰਵਾਰਾਂ ਨੂੰ ਕਿਉਂ ਨਹੀਂ ਉਹ ਕਹਿਣਗੇ ਜੀ ਬਾਦਲ ਸਾਹਿਬ ਉਸ ਵੇਲੇ ਚੀਫ ਮਿਨਿਸਟਰ ਸਨ ਜਾਂ ਸੁਖਬੀਰ ਬਾਦਲ ਉਪ ਮੁੱਖ ਮੰਤਰੀ ਸਨ ਉਹਨਾਂ ਨੂੰ ਕਿਉਂ ਨਹੀਂ ਉਹਨਾਂ ਦਾ ਤਾਂ ਵਾਜਬ ਹੈ ਕਹਿਣਾ ਰਹੀ ਗੱਲ ਹੀ ਇਨਕੁਆਇਰੀ ਦੀ ਉਹ ਆਪਣੇ ਹਿਸਾਬ ਨਾਲ ਸਿਟ ਇਨਕੁਆਇਰੀ ਕਰ ਰਹੀ ਹੈ ਉਹ ਕਰ ਰਹੀ ਹੈ ਜੋ ਵੀ ਹੈ ਤੁਸੀਂ ਅੰਦਰ ਕਰਤੇ ਤੁਸੀਂ ਅੰਦਰ ਕਰਤੇ ਉਹ ਬਿਲ ਜੋ ਹੋਏਗਾ ਤਾਂ ਕਰਾਂਗੇ ਮੁਆਵਜ਼ਾ ਦਿੱਤਾ ਨਾ ਮੁਆਵਜ਼ਾ ਦਿੱਤਾ ਨਾ ਇਹਨਾਂ ਨੇ ਕਿਉਂ ਨਹੀਂ ਦਿੱਤਾ ਚਲੋ ਮੈਨੂੰ ਤਾਂ ਯਾਦ ਹੀ ਤੁਸੀਂ ਕਹਿਤੀ ਇਹ ਗੱਲ ਮੁਆਵਜ਼ਾ ਇਹਨਾਂ ਨੇ ਕਿਉਂ ਨਹੀਂ ਦਿੱਤਾ ਅਗਰ ਬੱਚਿਆਂ ਨੂੰ 90-90 ਲੱਖ ਰੁਪਈਆ ਦਿੱਤਾ ਜਾਂ 10-10 ਲੱਖ ਪਹਿਲੇ ਦਿੱਤਾ 1-1 ਕਰੋੜ ਰੁਪਈਆ ਦਿੱਤਾ ਇਹਨਾਂ ਨੇ ਕਿਉਂ ਨਹੀਂ ਦਿੱਤਾ ਇਹ ਪੰਥ ਦੇ ਰਖਵਾਲੇ ਕਿੱਥੋਂ ਨੇ ਠੀਕ ਮੈਂ ਆ ਰਿਹਾ ਚਲੋ ਇੱਕ ਮਿੰਟ ਜੀ ਮੈਨੂੰ ਜਵਾਬ ਦੇ ਲੈਣ ਨਾਲ ਹੀ ਪਲੀਜ਼ 60 ਸੀਟਾਂ ਤੋਂ ਇਹ ਕਹਿੰਦੇ 18 ਤੇ ਆ ਗਏ 16 ਦੇ ਚਲੋ ਕੋਈ ਨਹੀਂ ਹੁਣ ਤਾਂ 14 ਹੈ ਹੁਣ 14 ਨਾਲ ਭਾਗੀਦਾਰ ਵੀ ਹੈਗੇ ਸਾਡੇ ਭੁੱਲਿਆ ਨਾ 14 ਹੀ 14 ਹੀ ਹੈਗੀ ਉਹ ਗੱਲ ਭੁੱਲਿਆ ਨਾ ਕਰੋ ਤੁਹਾਡੇ ਚ ਆਪ ਦੀਆਂ ਗੱਲਾਂ ਚਲੋ ਸੀਟਾਂ ਦੇ ਮਸਲੇ ਨਾ ਮੇਰੀ ਬੇਨਤੀ ਹੈਗੀ ਮੇਰੀ ਇਹ ਬੇਨਤੀ ਹੈਗੀ ਹੈ ਕਿ ਇਹ 10 ਸਾਲਾਂ ਦੇ ਸਰਕਾਰ ਤੋਂ ਬਾਅਦ ਆਏ ਆ ਔਰ ਜਿਵੇਂ ਇਹ ਉੱਤੇ 10 ਸਾਲਾਂ ਦੇ ਉਤੋਂ 542 ਚੋਂ 40 ਤੇ ਰਹਿ ਗਏ ਸੀ ਇਹ ਤਾਂ ਵਕਤ ਦੀ ਗੱਲ ਹੈ ਫਿਰ ਆ ਗਏ ਅਸੀਂ ਕੋਈ ਨਹੀਂ ਫਿਰ ਅਸੀਂ ਵੀ ਆ ਜਾਾਂਗੇ ਫਿਰ ਆਪਾਂ ਹੋਰ ਡਿਬੇਟ ਤੇ ਪਈਆਂ ਦੂਜੀ ਗੱਲ ਇਹ ਡਿਬੇਟ ਦਾ ਵਿਸ਼ਾ ਨਹੀਂ ਹੈ 14 ਮਹੀਨੇ ਦੀ ਗੱਲ ਕੀਤੀ ਹੈ ਇਹਨਾਂ ਨੇ 14 ਮਹੀਨੇ ਦੀ ਗੱਲ ਕੀਤੀ ਹੈ ਮੈਂ ਬੜੇ ਜ਼ਿੰਮੇਵਾਰੀ ਨਾਲ ਕਹਿਣਾ ਜੇ ਇੰਨਾ ਹੀ ਪੰਥਕ ਆਗੂਆਂ ਨੇ ਸੀਬੀਆਈ ਨੂੰ ਨਾ ਕਰਾਈ ਹੁੰਦੀ ਤਾਂ ਉਦੋਂ ਵੀ ਨਿਕਲ ਸਕਦਾ ਸੀ ਇੱਕ ਦੂਜਾ ਇਹਨਾਂ ਨੇ 20 ਮਹੀਨੇ ਬਾਅਦ ਫੜਿਆ ਫਿਰ ਇਹਨਾਂ ਨੇ 14 20 ਮਹੀਨੇ ਕਾਹਦੇ ਲਾਤੇ ਇੱਕ ਮਿੰਟ ਲਾ ਉਹਦੇ ਚ ਨਾ ਬੋਲੋ ਤੁਸੀਂ 20-21 ਮਹੀਨੇ ਲਾਤੇ ਤੇ ਹਲੇ ਵੀ ਤੁਸੀਂ ਉਸ ਜਿਹੜਾ ਆਪ ਹੀ ਮੋਰਚਾ ਬਿਠਾਇਆ ਸੀ ਉਹਦੀ ਤਸੱਲੀ ਨਹੀਂ ਕਰਾਈ ਦੂਜੀ ਗੱਲ ਮੁਆਵਜ਼ਾ ਤੁਸੀਂ ਇਹਨਾਂ ਦੋਵਾਂ ਨੂੰ ਪਹਿਲਾਂ ਅਸੀਂ 10-10 ਲੱਖ ਰੁਪਏ 10 SGPC ਨੇ ਦਿੱਤਾ 10 ਗਵਰਨਮੈਂਟ ਨੇ ਦਿੱਤਾ ਤੁਸੀਂ 90 ਹੋਰ ਦਿੱਤਾ ਬਹੁਤ ਧੰਨਵਾਦ ਫਿਰ ਜਿੰਨੇ ਸਾਰੇ ਸਾਰਿਆਂ ਦੇ ਇਹੋ ਜਿਹੇ ਮੋੜ ਬੰਬ ਕਾਂਡ ਜਾਂ ਦੂਜੇ ਸਾਰੇ ਹੋਏ ਆ ਸਾਰਿਆਂ ਦੇ ਕਰੋੜਾਂ ਡਿਮਾਂਡ ਡਿਮਾਂਡ ਨਹੀਂ ਹੈ ਜੋ ਵੀ ਸਾਰੇ ਸਿਆਸਤ ਕਰਦੇ ਨੇ ਸਾਰੇ ਸਿਆਸਤ ਕਰਦੇ ਨੇ ਜਿਹੜੇ ਕਰ ਰਹੇ ਨੇ ਉਹੀ ਗੱਲ ਕਰ ਰਹੇ ਹੁੰਦੇ ਤੇ ਰਾਜ ਹਾਸੇ ਦੇ ਗੱਲਾਂ ਕੀਤੀਆਂ ਸੀ ਨਹੀਂ ਰਾਜਨੀਤਿਕ ਤੁਸੀਂ ਕਰ ਰਹੇ ਹੋ ਰਾਜਨੀਤਿਕ ਸਾਰੇ ਨੂੰ ਦਿਓ ਅਸੀਂ ਇੱਕ ਮਿੰਟ ਪਲੀਜ਼ ਇੱਕ ਮਿੰਟ ਕੈਪਟਨ ਜਨਰਲ ਸਿੱਧੂ ਤੁਹਾਨੂੰ ਅੱਜ ਪਤਾ ਲੱਗਾ ਕਿ ਕਾਂਗਰਸ ਦਾ ਮੋਰਚਾ ਸੀ ਤੁਸੀਂ ਉਦੋਂ ਹਾਂ ਚ ਹਾਂ ਮਿਲਾਈ ਜਾਂਦੇ ਸੀ ਗੁੱਡ ਕੁਐਸਚਨ ਤੁਹਾਨੂੰ ਅੱਜ ਪਤਾ ਲੱਗਿਆ ਕਿਹੜੀ ਹਾਂ ਚ ਹਾਂ ਮਿਲਾਈ ਜਾਂਦੇ ਜਦੋਂ ਡਾਕਟਰ ਲੋਹੇ ਗੱਲ ਕਹਿ ਰਹੇ ਸੀ ਕਾਂਗਰਸ ਨੇ ਮੋਰਚਾ ਲਵਾਇਆ ਤੁਹਾਡਾ ਸਿਰ ਹਿਲਦਾ ਪਿਆ ਸੀ ਮੈਂ ਤਾਂ ਸਵਾਲ ਕਰ ਰਿਹਾ ਮੇਰਾ ਸਿਰ ਕਿਸੇ ਹੋਰ ਗੱਲ ਕਰਕੇ ਵੀ ਹਿਲ ਸਕਦਾ ਕਿਹੜੀ ਗੱਲ ਕਰ ਰਿਹਾ ਤਾਂ ਮੈਨੂੰ ਵੀ ਦੱਸ ਦਿਓ ਨਾ ਸਾਡੇ ਦਰਸ਼ਕਾਂ ਨੂੰ ਪਤਾ ਲੱਗ ਜਾਵੇ ਇੰਪੋਰਟੈਂਟ ਹੈ ਅੱਛਾ ਮੇਰਾ ਜਿਹੜਾ ਸਿਰ ਹਿਲਦਾ ਸੀ ਜਿਸ ਤਰ੍ਹਾਂ ਇਹ ਮੋਰਚਾ ਖਤਮ ਹੋਇਆ ਹੈ ਨਾ ਜਿਸ ਤਰ੍ਹਾਂ ਦੋ ਮੀਟਿੰਗਾਂ ਗੁਰਦੀਪ ਬਠਿੰਡੇ ਦੀਆਂ ਅਤੇ ਮਾਨ ਸਾਹਿਬ ਦੀਆਂ ਅਤੇ ਸੰਤ ਆਪਣਾ ਉਨੇ ਵਾਲੇ ਇਹ ਇਹਨਾਂ ਦੀਆਂ ਕਾਂਗਰਸ ਦੇ ਨਾਲ ਸਰਕਾਰ ਦੇ ਨਾਲ ਜਿਹੜੀਆਂ ਹੋਈਆਂ ਆਖਰੀ ਦੋ ਹਫ਼ਤਿਆਂ ਆਖਰੀ ਹਫ਼ਤੇ ਦੋ ਮੀਟਿੰਗਾਂ ਹੋਈਆਂ ਔਰ ਉਸ ਮੀਟਿੰਗ ਤੋਂ ਬਾਅਦ ਜਾ ਕੇ ਸਿੱਧਾ ਅਖੰਡ ਪਾਠ ਰੱਖਿਆ ਗਿਆ ਕਿ ਅਸੀਂ ਪਰਸੋਂ ਨੂੰ ਮੋਰਚਾ ਚੁੱਕ ਲੈਣਾ ਵਿਦਆਊਟ ਐਨੀ ਅਨਾਊਂਸਮੈਂਟ ਵਿਦਆਊਟ ਐਨੀ ਪੂਰੀ ਸੰਗਤ ਦੇ ਵਿੱਚ ਗੱਲ ਕੀਤੀ ਗਈ ਉੱਥੇ ਕਹਿੰਦੇ ਸੰਗਤ ਦੇ ਵਿੱਚ ਗੱਲ ਕੀਤੀ ਹੈ ਸੰਗਤ ਕਿੱਥੇ ਸੰਗਤ ਤਾਂ ਮੰਤਰੀਆਂ ਨੇ ਜਾ ਕੇ ਦੱਸਿਆ ਵੀ ਅਸੀਂ ਆਹ ਕਰਨਾ ਤਾਂ ਪੰਡਾਲ ਵਿੱਚ ਗੱਲ ਨਹੀਂ ਜਿੱਥੇ ਦੀ ਪੰਡਾਲ 'ਚ ਮੈਂ ਤਾਂ ਮੀਟਿੰਗਾਂ ਕਰਦੀ ਸੀ ਉੱਥੇ ਨਹੀਂ ਗੱਲ ਹੋਈ ਪੰਡਾਲ 'ਚ ਨਹੀਂ ਕਿਸੇ ਨੂੰ ਮੀਟਿੰਗਾਂ ਬਾਰੇ ਦੱਸਿਆ ਹੀ ਨਹੀਂ ਕਿਸੇ ਨੂੰ ਪਤਾ ਸਾਨੂੰ ਤਾਂ ਵੈਸੇ ਪਤਾ ਲੱਗ ਗਿਆ ਨਾ ਕਿਸੇ ਨੂੰ ਨਹੀਂ ਦੱਸਿਆ ਮੀਟਿੰਗਾਂ 'ਚ ਕੀ ਹੋਇਆ ਅਤੇ ਕੀ ਨਹੀਂ ਹੋਇਆ ਕੀ ਨਿਬੜਿਆ ਜਾ ਕੇ ਖੰਡ ਪਾਠ ਰਖਾਤਾ ਕਿ ਅਸੀਂ ਪਰਸੋਂ ਨੂੰ ਮੋਰਚਾ ਚੁੱਕ ਲੈਣਾ ਸਾਡੀਆਂ ਮੰਗਾਂ ਜਿਹੜੀਆਂ ਉਹ ਮੰਨੀਆਂ ਗਈਆਂ ਪਹਿਲੀ ਗੱਲ ਤਾਂ ਇਹ ਕਿ ਜਿਹੜੇ ਮੰਤਰੀ ਸਾਹਿਬ ਜਾ ਕੇ ਉੱਥੇ ਅਨਾਊਂਸ ਕਰਦੇ ਆ ਉਹ ਕੋਈ ਵੀ ਮੰਗ ਮੰਨਣ ਦੀ ਗੱਲ ਨਹੀਂ ਕਰਦੇ ਲਖਨਪਾਲ ਸਾਹਿਬ ਨੇ ਕਹਿ ਦਿੱਤਾ ਕਿ ਪ੍ਰੋਮਿਸ ਕੀਤਾ ਹੈ ਤੇ ਪ੍ਰੋਮਿਸ ਤਾਂ ਫਿਰ 6 ਮਹੀਨੇ ਪਹਿਲਾਂ ਕਰੀ ਜਾਂਦੇ ਸੀ ਤੇ ਫਿਰ ਪਹਿਲਾਂ ਚੁੱਕ ਲੈਣ ਲਾਇਆ ਕਿਉਂ ਮੋਰਚਾ ਇੱਕ ਮਿੰਟ ਮੈਨੂੰ ਹੋਰ ਸਵਾਲ ਜਵਾਬ ਦਿਓ ਪਹਿਲਾਂ ਇਹ ਵੀ ਖਬਰ ਆਈ ਸੀਗੀ ਕਿ ਮੰਡ ਸਾਹਿਬ ਉਦੋਂ ਮੋਰਚਾ ਚੱਕਣਾ ਚਾਹੁੰਦੇ ਸੀ ਚੱਕਣਾ ਚਾਹੁੰਦੇ ਸੀ ਕਦੋਂ ਪਹਿਲਾਂ ਮੋਰਚਾ ਚੱਕਣਾ ਚਾਹੁੰਦੇ ਸੀਗੇ ਜਦੋਂ ਗੱਲਬਾਤ ਚੱਲਦੀ ਪਈ ਸੀ ਨਹੀਂ ਉਦੋਂ ਕਿਸੇ ਨੇ ਰੋਕਿਆ ਸੀ ਨਹੀਂ ਦਾਦੂਵਾਲ ਸਾਹਿਬ ਮੋਰਚਾ ਚੁਕਾਉਣਾ ਚਾਹੁੰਦੇ ਸੀ ਉਦੋਂ ਨਹੀਂ ਕੋਈ ਇਹੋ ਜਿਹੀ ਗੱਲ ਨਹੀਂ ਨਾ ਇਹ ਸਾਰੀਆਂ ਖਬਰਾਂ ਐਵੇਂ ਹਵਾ 'ਚ ਸਾਰੀਆਂ ਗੱਲਾਂ ਅਫਵਾਹਾਂ ਸਾਰੀਆਂ ਬਿਲਕੁਲ ਅਫਵਾਹਾਂ ਨਹੀਂ ਸੀ ਚੱਕਣਾ ਚਾਹੁੰਦੇ ਮੋਰਚਾ ਚੁੱਕਣ ਦੀ ਗੱਲ ਹੋਈ ਸੀ ਕਿ ਨਹੀਂ ਹੋਈ ਇਸ ਤੋਂ ਪਹਿਲਾਂ ਕੋਈ ਮੋਰਚਾ ਚੁੱਕਣ ਦੀ ਗੱਲ ਨਹੀਂ ਹੋਈ ਮੋਰਚਾ ਚੁੱਕਣ ਦੀ ਗੱਲ ਐਂਡ ਤੇ ਜਾ ਕੇ ਹੋਈ ਹੈ ਅਸੀਂ ਮੈਂ ਮਿਲਿਆ ਉਹਨੂੰ ਮੈਂ ਤੇ ਇਹਨਾਂ ਦਾ ਚੇਅਰਮੈਨ ਜਿਹੜਾ ਸਰਬੱਤ ਖਾਲਸੇ ਦਾ ਚੇਅਰਮੈਨ ਡਾਕਟਰ ਭਗਵਾਨ ਸਿੰਘ ਔਰ ਮੈਂ ਅਸੀਂ ਮੰਨ ਸਾਹਿਬ ਨੂੰ 40 ਮਿੰਟ ਇਕੱਲੇ ਮਿਲਿਆ ਦੋਨੋਂ ਤਿੰਨਾਂ ਅਸੀਂ ਸੀਗੇ ਪਹਿਲੀ ਗੱਲ ਤਾਂ ਇਹ ਕਿ ਮਨ ਸਾਹਿਬ ਨੂੰ ਅਸੀਂ ਮਨ ਸਾਹਿਬ ਇਹ ਕਹਿੰਦੇ ਕਿ ਤੁਸੀਂ ਮੋਰਚਾ ਚੁਕਾਉਣ ਆਏ ਜੇ ਅਸੀਂ ਕਿਹਾ ਨਹੀਂ ਅਸੀਂ ਤੈਨੂੰ ਇਹ ਕਹਿਣਾ ਹੈ ਕਿ ਮੋਰਚਾ ਚੁੱਕੀ ਨਾ ਫਿਰ ਉਹਨਾਂ ਨੂੰ ਮੈਂ ਇਹ ਕਿਹਾ ਕਿ ਜੇ ਤੁਸੀਂ ਮੋਰਚੇ ਨੂੰ ਚੱਜ ਨਾਲ ਚਲਾਉਣਾ ਅਸੀਂ ਪਹਿਲਾਂ ਬਹੁਤ ਮਾਰ ਖਾਧੀ ਹੈ ਅਤੇ
ਪੜ੍ਹੇ ਲਿਖੇ ਬੰਦੇ ਦੀ ਜ਼ਰੂਰਤ ਨਹੀਂ ਹੈਗੀ। ਮੈਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਰੋਜ਼ ਰਾਤ ਨੂੰ ਮਿਲਦੇ ਹੈ ਰੋਜ਼, ਔਰ ਉਹ ਮੈਨੂੰ ਗਾਈਡੈਂਸ ਜਸਟ ਮਿਲਦੇ ਬੋਲਦੇ ਪਏ, ਔਰ ਉਹ ਗਾਈਡੈਂਸ ਮੈਨੂੰ ਕਦੋਂ ਤੁਸੀਂ ਬੁਲਾਇਆ ਕਦੋਂ? ਨਹੀਂ ਬਰਗਾੜੀ ਦੇ ਮੋਰਚੇ ਤੇ ਤੁਸੀਂ ਡਿਸਕਸ਼ਨ ਕਰੋ ਕੀਤੀ, ਕਿਤੇ ਹੋਰ ਕਹਿ ਦਿੰਦੇ? ਕਿਉਂ ਮੇਰੀ ਗੱਲ ਤਾਂ ਤੁਸੀਂ ਸੁਣ ਲਓ। ਉਹ ਕਹਿੰਦੇ ਮੈਨੂੰ ਮਿਲਦੇ ਹੈ ਤੇ ਪੜ੍ਹੇ ਲਿਖੇ ਬੰਦੇ ਜਿਹੜੇ ਨੇ ਹੋਰ ਖਰਾਬ ਕਰਦੇ ਨੇ, ਇਸ ਕਰਕੇ ਮੈਨੂੰ ਪੜ੍ਹਿਆ ਲਿਖਿਆਂ ਦੀ ਜ਼ਰੂਰਤ ਨਹੀਂ। ਜੋ ਮੈਨੂੰ ਰਾਤ ਨੂੰ ਗਾਈਡ ਕਰਦੇ ਨੇ ਗੁਰੂ ਸਾਹਿਬ, ਮੈਂ ਉਹ ਸਵੇਰੇ ਕੰਮ ਕਰਦਾ, ਔਰ ਮੈਨੂੰ ਉਹਨਾਂ ਨੇ ਕਿਹਾ ਤੁਸੀਂ ਇਕੱਲੇ ਰਹਿਣਾ, ਦੂਜਾ ਬੰਦਾ ਨਾਲ ਜੋੜਨਾ ਨਹੀਂ, ਔਰ ਪੜ੍ਹਿਆ ਲਿਖਿਆਂ ਦੀ ਜ਼ਰੂਰਤ ਕੋਈ ਨਹੀਂ। ਔਰ ਮੈਂ ਕਹਿੰਦਾ ਤੁਹਾਨੂੰ ਅੱਜ ਦੀ ਡੇਟ 'ਚ 13 ਦੀਆਂ 13 ਸੀਟਾਂ ਜਿੱਤ ਕੇ ਦੇ ਰਿਹਾ, 117 ਤੁਹਾਨੂੰ MLA ਜਿੱਤ ਕੇ ਦਊਂਗਾ, 170 ਤੁਹਾਨੂੰ ਸ਼੍ਰੋਮਣੀ ਕਮੇਟੀ ਜਿੱਤ ਕੇ ਦਿਆਂਗਾ, ਔਰ ਮੈਂ ਟਿਕਟਾਂ ਉਹਨਾਂ ਨੂੰ ਦੇਣੀਆਂ ਪਰ ਮੈਂਬਰ ਪਾਰਲੀਮੈਂਟ ਨੂੰ 13 ਸੀਟਾਂ 14 ਦਿੱਤਾਂਗਾ, ਜਿਹੜਾ ਮੈਨੂੰ 5 ਬਾਣੀਆਂ ਦਾ ਪਾਠ ਜ਼ਬਾਨੀ ਸੁਣਾਏਗਾ ਉਹਨੂੰ ਮੈਂ ਟਿਕਟ ਦਊਂਗਾ। ਤੁਹਾਡੇ ਪੜ੍ਹਿਆਂ ਲਿਖਿਆਂ ਵਾਸਤੇ ਸਾਡੇ ਕੋਲ ਕਹਿੰਦਾ ਬੜਾ ਕੰਮ ਹੈ, 1365 ਪਿੰਡ 1365 ਪਿੰਡ ਨੇ, ਉਹਨਾਂ ਦੇ ਸਰਪੰਚ ਵੀ ਬਣਾਉਣੇ ਨੇ। ਜਦੋਂ ਇੰਨੀਆਂ ਗੱਲਾਂ ਮੈਂ ਸੁਣੀਆਂ ਤਾਂ ਅਸੀਂ ਉਹਨੂੰ ਹੱਥ ਜੋੜ ਕੇ ਵਾਪਸ ਆ ਗਏ, ਅਤੇ ਜੋ ਕੁਛ ਅਸੀਂ ਸੋਚਦੇ ਸੀ ਫਿਰ ਉਹੀ ਹੋਇਆ ਜਿਹੜਾ ਹੋਣਾ ਸੀ। ਜਦੋਂ ਤੁਸੀਂ ਨਾ ਕਹੇ ਸਲਾਹ ਨਹੀਂ ਕਰਦੇ, ਸਿਆਸਤ ਦੀ ਗੱਲ ਕਰਦੇ ਸੀ ਕਿੱਥੇ ਤੁਸੀਂ? ਜੋ ਚੀਜ਼ਾਂ ਦੱਸਦੇ ਪਏ ਹੋ, ਇੰਨੀਆਂ ਸੀਟਾਂ ਇੱਥੇ ਟਿਕਟਾਂ ਦੇਣੀਆਂ, ਸਿਆਸਤ ਦੀ ਗੱਲ ਕਰਦੇ, ਇਨਸਾਫ ਦੀ ਗੱਲ ਨਹੀਂ ਕਰਦੇ? ਉਹ ਮੈਂ ਉਹਨੇ ਕੀਤੀ ਨਾ, ਅਸੀਂ ਤਾਂ ਕੀਤੀ ਨਹੀਂ। ਹੀ ਟੋਲਡ ਆਲ ਦੀਸ ਥਿੰਗਸ ਟੂ ਅਸ। ਤੁਹਾਨੂੰ ਯਾਦ ਹੈ ਕਿਹੜੇ ਮਹੀਨੇ ਗੱਲ ਕੀਤੀ? ਇਹ ਮਹੀਨਾ ਹੋਇਆ ਜੇ, ਮਹੀਨਾ ਹੋਇਆ ਬਿਲਕੁਲ ਸਿਰ ਮਹੀਨਾ, ਉਦੋਂ ਤੁਸੀਂ ਮੋਰਚਾ ਛੱਡ ਦਿੰਦੇ ਫਿਰ? ਹਾਂਜੀ, ਮੋਰਚੇ ਦੋ ਦੋ ਉਸ ਤੋਂ ਬਾਅਦ ਮੈਂ ਗਿਆ ਹੀ ਨਹੀਂ। ਤੁਸੀਂ ਇਕੱਲੇ ਨਹੀਂ ਗਏ, ਬਾਕੀ ਤੁਹਾਡੀ ਪਾਰਟੀ ਤੇ ਜਾਂਦੀ ਰਹੀ ਨਾ, ਜਿਹੜੀ ਪਾਰਟੀ ਤੁਸੀਂ ਰਹੇ ਹੋ। ਪਾਰਟੀ ਦੇ ਜਿਹੜੇ ਦੇਖੋ, ਪਾਰਟੀ ਸਾਰੀ ਇਕੱਠੀ ਥੋੜੀ, ਜਿਹੜੇ ਸਾਡੇ ਨਾਲ ਸੀ 10-15 ਕੋਈ ਨਹੀਂ। ਹੁਣ ਮੋਰਚੇ ਨਾਲ ਬਾਕੀ ਪਾਰਟੀਆਂ ਇਕੱਠੀਆਂ ਹੈਗੀਆਂ? ਸੁਣੋ, ਜਿਹੜਾ ਨਾਲ ਬਾਕੀ ਪਾਰਟੀਆਂ ਇਕੱਠੀਆਂ ਹੈਗੀਆਂ, ਜਿਹੜੀਆਂ ਨਾਲ ਚੇਅਰਮੈਨ, ਸੁਣੋ ਤੁਸੀਂ ਇਕੱਲੇ ਨਹੀਂ ਹੈਗੇ ਨਾ? ਸੁਣੋ, ਬਾਕੀ ਹੈਗੇ ਨਾਲ ਕਿ ਨਹੀਂ? ਮੋਰਚੇ ਦਾ ਚੇਅਰਮੈਨ ਡਾਕਟਰ ਭਗਵਾਨ ਸਿੰਘ ਉਹ ਨਹੀਂ ਗਿਆ, ਹੋਰ ਦੱਸੋ। ਮੈਨੂੰ ਡਾਇਰੈਕਸ਼ਨ ਦਿੰਦੇ ਆ, ਮੈਂ ਸਮਝਦਾ ਇਹ ਮਸਲਾ, ਇਹੀ ਪਰਟੀਕੂਲਰ ਮਸਲਾ ਅਕਾਲ ਤਖ਼ਤ ਤੇ ਪੇਸ਼ ਹੋਣਾ ਚਾਹੀਦਾ, ਕਿਉਂਕਿ ਬਹੁਤ ਵੱਡਾ ਮਸਲਾ, ਬਹੁਤ ਵੱਡੀ ਸੱਟ ਆ ਸਿੱਖਿਜ਼ਮ ਦੇ ਉੱਤੇ, ਔਰ ਇਹ ਚੀਜ਼ ਬੇਸਿਕ ਫੰਡਾਮੈਂਟਲ। ਤੁਸੀਂ ਕਹਿ ਰਹੇ ਅਕਾਲ ਤਖਤ ਦੇ ਸਾਹਮਣੇ ਪੇਸ਼ ਹੋਣਾ ਚਾਹੀਦਾ, ਉਹ ਤਾਂ ਉਹ ਆਦਿਆ ਪਾਰਟੀ ਜਥੇਦਾਰ ਕੇ ਮਤਵਾਈ ਜਥੇਦਾਰ ਕਹਿੰਦੇ ਆ, ਇਹ ਤਾਂ ਕੋਟਾ ਨਹੀਂ ਪਈ ਆਪਣੇ ਆਪੇ ਸੁਝਾ। ਕੇਪੀ ਜੀ, ਮੇਰੀ ਇੱਕ ਹੱਥ ਬੰਨ ਕੇ ਬੇਨਤੀ ਹੈ, ਦੋਨੋਂ ਹੀ ਬੁੱਝੀ ਜੀਵੀ ਵਰਗ ਨੂੰ ਬਿਲੋਂਗ ਕਰਦੇ ਆ, ਕਿ ਰਿਟਰਨ 'ਚ ਕੋਈ ਨਾ ਕੋਈ ਜ਼ਰੂਰ ਭੇਜਣ। ਸਹੀ ਗੱਲ ਹੈ, ਸਾਡੀ ਕੌਮ ਨੂੰ ਜਿਹੜੇ ਆਪੋ ਥਾਪੇ ਜਥੇਦਾਰ ਬਣੇ ਫਿਰਦੇ ਆ, ਤੇ ਉਹ ਕਿਹੋ ਜਿਹੀਆਂ ਗੱਲਾਂ ਕਰਕੇ ਇੱਕ ਛੋਟਾ ਬ੍ਰੇਕ ਲੈਣਾ, ਆਖਰੀ ਹਿੱਸੇ ਵਿੱਚ ਆਵਾਂਗੇ ਅਸੀਂ। ਇਨਸਾਫ ਮੋਰਚੇ ਦੇ ਵਿੱਚ ਸਿਆਸਤ ਦੀਆਂ ਗੱਲਾਂ ਹੁੰਦੀਆਂ ਰਹੀਆਂ, ਇਹ ਪੈਨਲ ਦੇ ਵਿੱਚ ਬੈਠੇ ਉਹ ਸਾਥੀ ਕਹਿ ਰਹੇ ਆ ਜਿਹੜੇ ਮੋਰਚੇ ਦੇ ਵਿੱਚ ਸ਼ਮੂਲੀਅਤ ਕਰਦੇ ਰਹੇ ਹੈਗੇ। ਸਾਨੂੰ ਨਹੀਂ ਪਤਾ ਇਹਨਾਂ ਇਲਜ਼ਾਮਾਂ ਦੇ ਵਿੱਚ ਕੀ ਸੱਚਾਈ ਹੈ ਕੀ ਜਾਂ ਨਹੀਂ, ਪਰ ਕੈਪਟਨ ਚਰਨ ਸਿੰਘ ਸਿੱਧੂ ਦੇ ਇਲਜ਼ਾਮ ਹੈਗੇ ਆ ਇਹਨਾਂ ਇਲਜ਼ਾਮਾਂ ਦੇ ਵਿਚਾਲੇ, ਜੇ ਸਿਆਸਤ ਹੋ ਰਹੀ ਹੈ ਤਾਂ ਉਹ ਸਿਆਸਤ ਦੇ ਵਿਚਾਲੇ ਜਿਹੜੇ ਉੱਥੇ ਆਗੂ ਬੈਠੇ ਹੈਗੇ ਆ ਉਹ ਸਿਆਸਤ ਦੇ ਨਾਲ ਸਾਂਝੀਵਾਲਤਾ ਕਿੰਨੀ ਰੱਖਦੇ ਹੈਗੇ ਆ, ਸਿਆਸਤ ਨਾਲ ਕਿੰਨੀ ਸਾਂਝ ਪਾਉਂਦੇ ਹੈਗੇ ਆ, ਉਹਨਾਂ 'ਤੇ ਵੀ ਸਵਾਲ ਹੋਣਗੇ ਜ਼ਰੂਰ। ਬ੍ਰੇਕ ਤੋਂ ਵਾਪਸ ਆ ਰਹੇ, ਸਵਾਲ ਜਿਹੜਾ ਅਸੀਂ ਪੁੱਛ ਰਹੇ ਹਾਂ, ਸਵਾਲ ਅਸੀਂ ਇਹ ਪੁੱਛ ਰਹੇ ਹਾਂ, ਬਰਗਾੜੀ ਇਨਸਾਫ ਮੋਰਚਾ ਕਿਸ ਦੀ ਮਰਜ਼ੀ ਨਾਲ ਮੁਖਾ ਰੱਖਿਆ? ਮੈਂ ਆ ਰਿਹਾ ਗੁਰਿੰਦਰਵਾਲੀ, ਰੁਕ ਜਾਓ। ਰੰਜਨ ਲਖਨਪਾਲ ਜੀ ਨੂੰ ਮੈਂ ਟਾਈਮ ਜ਼ਰੂਰ ਦੇਣਾ ਚਾਹੂੰਗਾ, ਕਿਉਂਕਿ ਇਹਨਾਂ ਨੂੰ ਪਹਿਲਾਂ ਵੀ ਟਾਈਮ ਘੱਟ ਮਿਲਿਆ। ਰੰਜਨ ਲਖਨਪਾਲ ਜੀ, ਇਹਨਾਂ ਨੇ ਗੱਲ ਕੀਤੀ ਹੈ ਕੈਪਟਨ ਚਰਨ ਸਿੱਧੂ ਨੇ, ਇਹ ਤਾਂ ਮੋਰਚੇ ਦੇ ਸਾਥੀ ਰਹੇ ਆ ਤੁਹਾਡੇ। ਕੈਪਟਨ ਚਰਨ ਸਿੱਧੂ ਕਹਿ ਰਹੇ ਉੱਥੇ ਸਿਆਸਤ ਦੀ ਗੱਲ ਹੁੰਦੀ ਸੀ, 117 ਸੀਟਾਂ 13 ਸੀਟਾਂ ਸ਼੍ਰੋਮਣੀ ਕਮੇਟੀ ਦੀਆਂ, 170 ਸੀਟਾਂ ਸਰਪੰਚੀ, ਸਾਰੀਆਂ ਗੱਲਾਂ ਇਹਨਾਂ ਕੀਤੀਆਂ। ਧਿਆਨ ਸਿੰਘ ਮੰਡ ਜਾਂ ਬਲਜੀਤ ਸਿੰਘ ਦਾਤੂਆ, ਇਹਨਾਂ ਦਾ ਸਿਆਸਤ ਨਾਲ ਕੀ ਰਿਸ਼ਤਾ ਹੈਗਾ? ਰਿਸ਼ਤਾ ਤਾਂ ਰਿਹਾ ਇਹਨਾਂ ਦਾ, ਹੁਣ ਹੈਗਾ ਮਤਲਬ, ਹੁਣ ਤਾਂ ਮੈਨੂੰ ਕੁਝ ਖਾਸ ਦਾ ਇਲਮ ਨਹੀਂ ਹੈ, ਮਗਰ ਇਹ ਗੱਲ ਕਹਿਣੀ, ਸਿਮਰਨਜੀਤ ਸਿੰਘ ਮਾਨ ਦੇ ਨਾਲ ਧਿਆਨ ਸਿੰਘ ਮੰਡ ਦਾ ਕੋਈ ਰਿਸ਼ਤਾ ਹੈ ਸਿਆਸੀ ਜਾਂ ਨਹੀਂ? ਇਹ ਤੁਹਾਡੇ ਆਉਣ ਤੋਂ ਪਹਿਲਾਂ ਵੀ ਇਹ ਡਿਬੇਟ ਦਾ ਸਵਾਲ ਬਣ ਚੁੱਕਿਆ, ਇਹ ਸੀਗਾ ਰਿਸ਼ਤਾ, ਹੁਣ ਹੈ ਜਾਂ ਨਹੀਂ? ਹੁਣ ਤਾਂ ਕਿੰਨਾ ਹੈ ਮੈਨੂੰ ਕੁਝ ਕਹਿ ਨਹੀਂ ਸਕਦਾ, ਰਿਸ਼ਤਾ ਰਿਹਾ ਹੈ ਨਹੀਂ? ਅੱਜ ਹੈ, ਅੱਜ ਉਹ ਮੈਂਬਰ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ? ਨਹੀਂ ਹੈ, ਨਹੀਂ ਨਹੀਂ ਹੈ। ਵੈਬਸਾਈਟ 'ਤੇ ਉਹਨਾਂ ਦਾ ਨਾਮ ਹਜੇ ਵੀ ਬੋਲਦਾ ਪਿਆ, ਹੋ ਸਕਦਾ ਪਰ ਉਹ ਜਥੇਦਾਰ ਹਨ ਤਾਂ? ਆ ਵੈਬਸਾਈਟ 'ਤੇ ਉਹਨਾਂ ਦਾ ਨਾਮ ਬੋਲਦਾ ਪਿਆ, ਤੁਹਾਡਾ ਹੀ ਵੈਬਸਾਈਟ 'ਤੇ ਨਾਮ ਪੜਿਆ, ਮੈਨੂੰ ਨਹੀਂ ਪਤਾ ਸੀ ਤੁਸੀਂ ਵੀ ਉਹਨਾਂ ਦੇ ਮੈਂਬਰ ਹੋ। ਇਹ ਵੈਬਸਾਈਟ 'ਤੇ ਨਾਮ ਬੋਲਦਾ ਪਿਆ, ਇਹ ਜਾਂ ਤਾਂ ਜੇ ਰਿਸ਼ਤਾ ਨਹੀਂ ਹੈਗਾ ਤਾਂ ਫਿਰ ਵੈਬਸਾਈਟ ਤੋਂ ਨਾਮ ਹਟਵਾ ਦਿਓ। ਲਖਨਪਾਲ ਜੀ, ਮੈਂ ਗੱਲ ਕਰਦਾ ਮਾਨ ਸਾਹਿਬ ਨਾਲ, ਹਾਂ ਜੇ ਨਹੀਂ ਰਿਸ਼ਤਾ ਹੈਗਾ ਫਿਰ ਹਟਵਾ ਦਿਓ ਨਾ, ਕਿਉਂਕਿ ਤੁਹਾਡੇ ਤਾਂ ਸਾਰੇ ਸਵਾਲ ਕਰਦੇ, ਪਹਿਲਾਂ ਹੀ ਸਵਾਲ ਕੀਤੇ ਆ ਵੀ ਸਿਮਰ ਸਿੰਘ ਮਾਨ, ਧਿਆਨ ਸਿੰਘ ਮਾਨ, ਦਾਦੂ ਵਾਲੇ ਸਾਰਿਆਂ ਨੇ ਰਲ ਕੇ ਸਾਰਾ ਕੁਝ ਕੀਤਾ ਹੈਗਾ, ਇਹਦਾ ਫਿਰ ਜਵਾਬ ਤਾਂ ਦੇਣਾ ਪਊਗਾ ਨਾ। ਜ਼ਰੂਰ ਦੇਵਾਂਗੇ ਜੀ, ਮੈਂ ਹੈਵ ਅ ਟਾਕ ਵਿਦ ਹਿਮ। ਹਾਂਜੀ ਲਖਨਪਾਲ ਜੀ, ਉਹ ਮੈਨੂੰ ਇੱਕ ਸਵਾਲ ਦਾ ਜਵਾਬ ਦਿਓ ਤੁਸੀਂ, ਕਿਸ ਦੀ ਮਰਜ਼ੀ ਨਾਲ ਇਹ ਮੋਰਚਾ ਖਤਮ ਹੋਇਆ?
छड़ाने ਉਹਦੇ ਬਾਰੇ ਤਾਂ ਅਸੀਂ ਗੱਲ ਕਰਨੀ ਹੈ ਅਤੇ ਉਹਦੀ ਅੱਗੇ ਪ੍ਰੋਗਰੈਸ ਜਿਵੇਂ ਕਰਨੀ ਹੈ ਅਸੀਂ ਅੱਗੇ ਕਦਮ ਉਠਾਉਣੇ ਨੇ ਮੈਂ ਉਹਨਾਂ ਨੂੰ ਲਿਸਟ ਭੇਜੀ ਹੈਗੀ ਹੈ ਕਿ ਸਾਰੀ ਜਿਹੜੇ ਬੰਦੇ ਇੱਥੇ ਸਾਰਿਆਂ ਦੇ ਨਾਮ ਵਿੱਚ ਗੁਰਦੀਪ ਸਿੰਘ ਖੇੜਾ ਦਵਿੰਦਰ ਭੁੱਲਰ ਸਾਰਿਆਂ ਦਾ ਭਾਈ ਗੁਰਮੀਤ ਸਿੰਘ ਲਖਵਿੰਦਰ ਸਿੰਘ ਸਾਰਿਆਂ ਨਾਮ ਲੋਹੀਆ ਦਾ ਨਾਮ ਵੀ ਸਾਰਿਆਂ ਦਾ ਨਾਮ ਹੈ ਅੱਛਾ ਮੈਂ ਇੱਕ ਸਵਾਲ ਤੁਹਾਨੂੰ ਕਰ ਰਿਹਾ ਸੀਗਾ ਤੁਸੀਂ ਜਿਹੜੀ ਅੱਗੇ ਚੀਜ਼ਾਂ ਵੱਧ ਰਹੀਆਂ ਹੈਗੀਆਂ ਉਸ ਕਮੇਟੀ ਵਿੱਚ ਵੀ ਕਿਤੇ ਤੁਹਾਡਾ ਨਾਮ ਹੈ ਜੀ ਉਹ ਕਮੇਟੀ ਕੀ ਕੰਮ ਕਰੂਗੀ ਕਮੇਟੀ ਜੀ ਵਰਕ ਕਰੇਗੀ ਟੂ ਗੈਟ ਦੈਮ ਰਿਲੀਜ਼ those who have undergone the sentence what to them sirf legal and related bande usse shamil kite gaye ja hor tera bhi shamil kite hain kaun kaun committee vich par eh jada sari hegi hai group hega ehna ne I am one of the members who will represent the their group with the government to get them released eh ba case pehla hi paya high court de vich acha ke jehde bande sare hege hai jinna ne apni qaid kat chuke ne ohnu chhudaya jaye ਬੈਕਡੋਰ ਤੇ ਮੋਰਚਾ ਕੌਣ ਚਲਾ ਰਿਹਾ ਸੀਗਾ ਕਾਂਗਰਸ ਚਲਾ ਰਹੀ ਸੀ ਸਿਮਰਨ ਸਿੰਘ ਮਾਨ ਚਲਾ ਰਹੇ ਸੀ ਕੌਣ ਚਲਾ ਰਹੀ ਵੈਸੇ ਤੁਹਾਡੀ ਪਾਰਟੀ ਦਾ ਸਵਾਲ ਹੈ ਕੋਈ ਕਾਂਗਰਸ ਦੀ ਪਾਰਟੀ ਦਾ ਨਾਲ ਰਲਣਾ ਤਾਂ ਕੋਈ ਮਤਲਬ ਹੀ ਨਹੀਂ ਹੈ ਕੌਣ ਚਲਾ ਰਿਹਾ ਸੀ ਮੋਰਚਾ ਕੌਣ ਚਲਾ ਰਿਹਾ ਸੀ ਇਹੀ ਮਨ ਤੇ ਮਾਨ ਸਾਹਿਬ ਤੇ ਹੋਰ ਜਿੰਨੇ ਸਾਥੀ ਸੀਗੇ ਇਹਦੇ ਅੱਛਾ ਦੇ ਵਰ ਆਲ ਟੁਗੇਦਰ ਬੜੇ ਸਵਾਲ ਤੁਹਾਡੇ ਸਵਾਲਾਂ ਦੇ ਜਵਾਬ ਬੜੇ ਸਪੈਸੀਫਿਕ ਆ ਤੁਹਾਡੇ ਉਹਨੇ ਉਹਨੇ ਦੇਣੇ ਆ ਬਸ ਜ਼ਿਆਦਾ ਤੋਂ ਜ਼ਿਆਦਾ ਨਹੀਂ ਤੁਸੀਂ ਬੋਲਣਾ ਅਜੇ ਲਖਪਾਲ ਜੀ ਵੈਸੇ ਕਿਉਂ ਨਹੀਂ ਬੋਲਦੇ 20 ਤਰੀਕ ਤੋਂ ਬਾਅਦ ਬੋਲੋਗੇ ਮੈਂ ਆ ਰਿਹਾ ਸਪੰਡਾਰ ਨਹੀਂ ਮੈਂ ਜਿਹੜੀ ਗੱਲ ਹੈਗੀ ਜਿਹੜੀ ਸਪੈਸੀਫਿਕ ਤੁਸੀਂ ਮੈਨੂੰ ਪੁੱਛਿਆ ਨਹੀਂ ਬੋਲਦੇ ਤੁਸੀਂ ਪਤਾ ਨਹੀਂ ਰੰਜਨ ਸਾਹਿਬ ਮੈਂ ਤਾਂ ਤੁਹਾਨੂੰ ਬੋਲਦੇ ਤੋਂ ਸੁਣਿਆ ਪਤਾ ਨਹੀਂ ਅੱਜ ਇੱਥੇ ਆ ਕੇ ਕਿਉਂ ਨਹੀਂ ਬੋਲਦੇ ਨਹੀਂ ਐਦਾਂ ਕਿ ਗੱਲ ਕਿ ਮੈਂ ਟੂ ਦਾ ਪੁਆਇੰਟ ਹਾਂ ਸੋ ਅਸੀਂ ਕੋਰਟ 'ਚ ਵੀ ਟੂ ਦਾ ਪੁਆਇੰਟ ਹੁੰਦੇ ਆ ਹਾਂ ਤੇ ਇੱਥੇ ਮੈਂ ਟੂ ਦਾ ਪੁਆਇੰਟ ਹੈ ਮੈਂ ਇੱਧਰ ਉੱਧਰ ਨਹੀਂ ਜਾਂਦਾ ਹਾਂ ਸਿਆਸਤ 'ਚ ਨਹੀਂ ਜਾ ਰਿਹਾ ਮੈਂ ਆਮ ਟੂ ਦਾ ਪੁਆਇੰਟ ਕਿ ਜੋ ਉੱਥੇ ਗੱਲ ਹੋਈ ਹੈ ਟੂ ਦਾ ਪੁਆਇੰਟ ਇੱਕ ਗੱਲ ਦਾ ਜਵਾਬ ਦੇ ਦਿਓ ਤੁਸੀਂ ਤਾਂ ਲੀਗਲ ਸਾਰੀਆਂ ਚੀਜ਼ਾਂ ਦੇਖਦੇ ਸੀਗੇ ਉੱਥੇ ਸਿਆਸਤ ਦੀ ਚਰਚਾ ਹੁੰਦੀ ਸੀਗੀ ਵੀ ਇੰਨੀਆਂ ਸੀਟਾਂ ਇੱਥੇ ਦੇ ਦਾਂਗੇ ਉਹਨੇ ਦੇ ਦਾਂਗੇ ਟੂ ਦਾ ਪੁਆਇੰਟ ਹੀ ਜਵਾਬ ਦੇ ਦਿਓ ਹਾਂ ਜਾਂ ਨਾ ਜੀ ਦੇ ਦਿਓ ਜੋ ਮਾਨ ਸਾਹਿਬ ਨੇ ਕਿਹਾ ਹੈਗਾ ਕਿ ਇੰਨੀਆਂ ਸੀਟਾਂ ਅਸੀਂ ਜਿਤਾਣੀ ਹੈ ਵਗੈਰਾ ਵਗੈਰਾ ਹਾਂ ਉਹਦਾ ਸਾਡੇ ਨਾਲ ਮਾਨ ਸਾਹਿਬ ਦੇ ਨਾਲ ਕੋਈ ਕੰਸਰਨ ਨਹੀਂ ਹੈ ਮਾਨ ਸਾਹਿਬ ਨਾਲ ਕੋਈ ਕੰਸਰਨ ਨਹੀਂ ਇਹ ਟੂ ਦਾ ਪੁਆਇੰਟ ਹੈ ਟੂ ਦਾ ਪੁਆਇੰਟ ਠੀਕ ਹਾਂ ਜੀ ਕੈਪਟਨ ਜਨਰਲ ਸਿੱਧੂ ਤੁਹਾਡੀ ਗੱਲ ਦਾ ਜਵਾਬ ਮਿਲ ਗਿਆ ਟੂ ਦਾ ਪੁਆਇੰਟ ਹਾਂ ਮਿਲ ਗਿਆ ਮਿਲ ਗਿਆ ਕੋਈ ਸਿਆਸਤ ਦੀ ਗੱਲ ਨਹੀਂ ਹੁੰਦੀ ਤੁਸੀਂ ਗਲਤ ਕਹਿ ਰਹੇ ਹੋ ਗਲਤ ਇਲਜ਼ਾਮ ਲਾ ਰਹੇ ਹੋ ਮੈਂ ਗਲਤ ਕਿਉਂ ਜੋ ਉਹਨੇ ਮੈਨੂੰ ਕਿਹਾ ਮੈਂ ਦੱਸਤਾ ਮੈਂ ਝੂਠ ਬੋਲਦਾ ਹੀ ਨਹੀਂ ਮੈਂ ਸੱਚ ਬੋਲਣਾ ਸੱਚ ਬੋਲਤਾ ਜਿਹਨੇ ਮੈਂ ਝੂਠ ਕੌਣ ਬੋਲ ਰਿਹਾ ਹਾਂ ਕੋਈ ਵੀ ਝੂਠ ਨਹੀਂ ਬੋਲ ਰਿਹਾ ਹਾਂ ਮਨ ਸਾਹਿਬ ਨੂੰ ਪੁੱਛੋ ਕਿਹਾ ਕਿ ਨਹੀਂ ਕਿਹਾ ਮਨ ਸਾਹਿਬ ਨੂੰ ਪੁੱਛੋ ਤਾਂ ਪਤਾ ਲੱਗੂਗਾ ਇਹ ਝੂਠ ਕੌਣ ਬੋਲ ਰਿਹਾ ਜੇ ਉਹ ਕਹਿਣਗੇ ਮੈਂ ਨਹੀਂ ਬੋਲਿਆ ਤੇ ਫਿਰ ਪੀਸੀਆਰ ਟੀਮ ਨੂੰ ਗੁਜ਼ਾਰਿਸ਼ ਕਰੂੰਗਾ ਮਨ ਸਾਹਿਬ ਦਾ ਇੱਕ ਬਿਆਨ ਹੈਗਾ ਮਨ ਸਾਹਿਬ ਦਾ ਬਿਆਨ ਜ਼ਰੂਰ ਸੁਣਾਓ ਉਹ ਕਹਿੰਦੇ ਰਾਜਨੀਤੀ ਨਾਲ ਮੇਰਾ ਕੋਈ ਰਿਸ਼ਤਾ ਨਹੀਂ ਹੈਗਾ ਮਨ ਸਾਹਿਬ ਦਾ ਬਿਆਨ ਜ਼ਰੂਰ ਸੁਣਾਓ ਪਹਿਲਾਂ ਜੂੜ ਸੀਗੇ ਮੈਂਬਰ ਹੁਣ ਮੇਰੇ ਹਿਸਾਬ ਨਾਲ ਕੋਈ ਸੰਪਰਕ ਨਹੀਂ ਹੈ ਬੋਲੋ ਜੀ ਗੁਰਵਿੰਦਰ ਬਾਲੀ ਆ ਰਹੇ ਹਾਂ ਡਾਕਟਰ ਲੋਹਾਰ ਗੁਰਵਿੰਦਰ ਬਾਲੀ ਦੇਖੋ ਸਭ ਤੋਂ ਵੱਡੀ ਗੱਲ ਲੀਗਲ ਜਿਹੜਾ ਉਹਨਾਂ ਦਾ ਡਿਪਾਰਟਮੈਂਟ ਹੈ ਜਾਂ ਲੀਗਲ ਸੈੱਲ ਦੇ ਨੇ ਉੱਥੇ ਉਸ ਹੁਣ ਤੁਹਾਡੇ ਸਾਹਮਣੇ ਉਹਨਾਂ ਨੇ ਕਲੀਅਰ ਕਰਤਾ ਤੇ ਆ ਸਿੰਘ ਸਾਹਿਬਾਨ ਸਾਡੇ ਦੋਨੋਂ ਬੈਠੇ ਨੇ ਤੇ ਨਾਲ ਅਕਾਲੀ ਦਲ ਬੈਠਾ ਮੈਨੂੰ ਤਾਂ ਇਹਨਾਂ ਦੀ ਮਨਸ਼ਾ ਦੀ ਜ਼ਿਆਦਾ ਫਰਕ ਪੈਣਾ ਸ਼ੁਰੂ ਹੋ ਗਿਆ ਕਾਂਗਰਸੀ 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 ਕਰੀ ਜਾ ਰਹੇ ਅਗਰ ਕੋਈ ਇਹੋ ਜਿਹੀ ਗੱਲ ਕਰੇ ਅਗਰ ਸਿੱਖ ਸੰਗਤ ਇਕੱਠੀ ਹੋਵੇ ਤਾਂ ਉਹਨੂੰ ਆਪਾਂ ਕਹਿ ਦੀ ਜੀ ਇਹ ਕਾਂਗਰਸੀ ਨੇ ਉਹ ਜੇ ਕਾਂਗਰਸੀ ਵੀ ਨੇ ਤਾਂ ਕਿਹੜਾ ਗੁਨਾਹ ਹੋਇਆ ਅਸੀਂ ਦੋ ਬੰਦਿਆਂ ਨੂੰ ਕਾਂਗਰਸੀ ਨੇ ਬਿਲਕੁਲ ਨਹੀਂ ਬਿਲਕੁਲ ਨਹੀਂ ਸੰਗਤ ਨੂੰ ਨਹੀਂ ਕਿਹਾ ਬਾਲੀ ਸਾਹਿਬ ਸੰਗਤ ਨੂੰ ਨਾ ਕਲਾਵੇ ਚਲੋ ਮੈਨੂੰ ਬੋਲਣ ਦਿਓ ਮੈਨੂੰ ਬੋਲਣ ਦਿਓ ਤੁਸੀਂ ਜਦੋਂ ਤੁਸੀਂ ਸਰਬਤ ਖਾਲਸਾ ਹੋਏ ਜਦੋਂ ਤੁਸੀਂ ਕਿਹਾ ਜੀ ਕਾਂਗਰਸੀ ਸੀ ਉੱਥੇ ਕਾਂਗਰਸ ਦਾ ਸਾਰਾ ਡਿਪੈਂਡਰ ਸੀ ਹੁਣ ਜੇ ਉੱਥੇ ਉਹਨਾਂ ਨੇ ਸੰਗਤ ਇਕੱਠੀ ਕੀਤੀ ਹੈ ਹੁਣ ਤੁਸੀਂ ਫਿਰ ਕਾਂਗਰਸੀ ਤੇ ਮੈਂ ਤੇ ਇੰਨੀ ਗੱਲ ਕਵਾਂਗਾ ਜੇ ਚਲੋ ਇੱਕ ਮਿੰਟ ਗੁਰਨ ਸਿੰਘ ਵਾਲੇ ਤੂੰ ਇੱਕ ਗੱਲ ਕਹੀ ਆ ਵੀ ਉਦੋਂ ਅਗਲੀ ਗੱਲ ਕਰ ਜੇ ਸਿੱਖ ਇਕੱਠੇ ਹੁੰਦੇ ਤੇ ਕਾਂਗਰਸੀ ਕਹਿ ਦਿੰਦੇ ਤੁਸੀਂ ਕਹਿ ਦੋ ਨਾ ਜੋ ਇਹ ਮੋਰਚਾ ਲਵਾਇਆ ਸੀ ਉਠਾਤਾ ਅਸੀਂ ਕਿਉਂ ਕਹਿ ਦਈਏ ਜੀ ਇਹੋ ਜੀ ਗੱਲ ਇਹ ਜਿਹੋ ਜੀ ਗੱਲ ਕਰ ਰਹੇ ਹੋ ਕੇਪੀ ਜੀ ਤੁਸੀਂ ਮੈਂ ਕਾ ਪਾਰਟੀ ਦਾ ਸਪੋਕਸਮੈਨ ਆ ਸਰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਕਿੱਦਾਂ ਦੀ ਗੱਲ ਕਰ ਰਹੇ ਹੋ ਮੈਂ ਕਹਿੰਦਾ ਜੀ ਅਸੀਂ ਲਵਾਇਆ ਸੀ ਲਵਾਇਆ ਅਕਾਲੀ ਦਲ ਨੂੰ ਹਮੇਸ਼ਾ ਇਸ ਗੱਲ ਦੀ ਚਿੜ ਲੱਗਦੀ ਹੈ ਕਿ ਕਾਂਗਰਸ ਜਦੋਂ ਸਿੱਖ ਮਸਲੇ 'ਚ ਇੰਟਰਫੇਅਰ ਕਰਦੀ ਹੈ ਕਹਿੰਦਾ ਕਿਉਂ ਇਹ ਕੋਈ ਸਿੱਖ ਦੇ ਮਾਲਕ ਨੇ
ਇਹ ਕੌਣ ਨੇ ਸਿੱਖਾਂ ਦੇ ਮਾਲਕ ਨੇ ਚੰਨੀ ਬਰਾੜ ਨਹੀਂ ਇੱਕ ਸੈਕਿੰਡ ਸਰ ਇੱਕ ਸੈਕਿੰਡ ਮੈਨੂੰ ਗੱਲ ਪੂਰੀ ਕਰ ਲੈ ਇਹ ਕੋਈ ਸਿੱਖਾਂ ਦੇ ਮਾਲਕ ਨੇ ਬੇਦਮੀਆਂ ਇਹਨਾਂ ਨੇ ਕਰਾਤੀਆਂ ਗੋਲੀਆਂ ਇਹਨਾਂ ਨੇ ਚਲਾਤੀਆਂ ਹਰਬੰਦਰ ਸਿੰਘ ਸੈਕਿੰਡ ਸਰ ਇੱਕ ਸੈਕਿੰਡ ਨਾ ਨਾ ਗਲਤ ਇਲਜ਼ਾਮੀ ਨਾ ਚਲੋ ਬੇਦਮੀਆਂ ਕਰਾਤੀਆਂ ਕਿਸ ਗੱਲ ਤੇ ਕਰਾਤੀਆਂ ਤੁਸੀਂ ਆਪ ਹੀ ਬੰਦੇ ਫੜ ਕੇ ਉਹਨਾਂ ਨੂੰ ਜ਼ਿੰਮੇਵਾਰ ਬਣਾਈਏ ਨੇ ਅਸੀਂ ਨਹੀਂ ਤੁਸੀਂ ਸਾਨੂੰ ਕਿਵੇਂ ਕਹਿ ਸਕਦੇ ਹੋ ਇੱਕ ਮਿੰਟ ਪਲੀਜ਼ ਇੱਕ ਮਿੰਟ ਪਲੀਜ਼ ਚਲੋ ਸਰਕਾਰ ਚੁਣਦੇ ਪਰ ਤੁਸੀਂ ਕਰਾਤੀਆਂ ਇੱਕ ਮਿੰਟ ਪਲੀਜ਼ ਚੰਨੀ ਬਰਾੜ ਚੰਨੀ ਬਰਾੜ ਤੁਸੀਂ ਹੋ ਇੱਕ ਮਿੰਟ ਦਵਿੰਦਰ ਵਾਲੇ ਦਵਿੰਦਰ ਵਾਲੇ ਚੰਨੀ ਬਰਾੜ ਇੱਕ ਮਿੰਟ ਪਲੀਜ਼ ਫਿਰ ਰੰਜਨ ਲਖਨਪਾਲ ਤੁਸੀਂ ਕੋਈ ਬੋਲਣਾ ਚਾਹ ਰਹੇ ਮੇਰੀ ਗੱਲ ਜਿਹੜੇ ਬੰਦੇ ਇਸ ਮੋਰਚਾ ਦੇ ਇਨਵੋਲਵ ਸੀਗੇ ਜਿਵੇਂ ਕਿ ਸਿਮਰਜੀਤ ਸਿੰਘ ਮਾਨ ਜਿਹੜੇ ਬਾਕੀ ਸੀਗੇ ਮਾਨ ਸਾਹਿਬ ਦੇ ਬਾਰੇ ਮੈਂ ਜ਼ਰੂਰ ਕਹਿਣਾ ਚਾਹਾਂਗਾ ਇੱਕ ਗੱਲ ਕਿ ਉਹਨਾਂ ਦਾ ਕਾਂਗਰਸ ਨਾਲ ਕੋਈ ਗੱਲਬਾਤ ਹੋਣੀ ਮੈਂ ਕੋਈ ਸਮਝਦਾ ਨਹੀਂ ਇਸ ਗੱਲ ਨੂੰ ਵੀ ਹੋ ਨਹੀਂ ਸਕਦੀ ਗੱਲ ਹੋ ਨਹੀਂ ਸਕਦੀ ਕਿਉਂਕਿ ਇੱਥੇ ਪੈਨਲ ਦੇ ਵਿੱਚ ਸਵਾਲ ਹੈ ਇੱਕ ਮਿੰਟ ਮੈਂ ਇੱਥੋਂ ਪੁੱਛ ਲਿਓ ਇੱਕ ਮਿੰਟ ਮੇਰੀ ਗੱਲ ਦਾ ਜਵਾਬ ਤੁਸੀਂ ਜਵਾਬ ਦਿਓ ਅਸੀਂ ਸਿਮਰਨਜੀਤ ਮਾਨ ਨੂੰ ਰਲਿਆ ਕਿਹਾ ਹੀ ਨਹੀਂ ਅਸੀਂ ਦਾਦੂਵਾਲ ਤੇ ਮੰਡ ਨੂੰ ਰਲਿਆ ਕਹਿੰਦੇ ਦੋ ਬੰਦਿਆਂ ਨੇ ਨਹੀਂ ਇੱਥੋਂ ਸਵਾਲ ਆਇਆ ਸੀ ਗੱਲ ਤਾਂ ਪੂਰੀ ਕਰ ਲਓ ਸਵਾਲ ਤਾਂ ਪੂਰੀ ਕਰ ਲਓ ਪੁੱਛ ਲਓ ਜੀ ਇਹਨਾਂ ਨੂੰ ਪੁੱਛ ਲਓ ਮੈਂ ਜਿਹੜੀ ਗੱਲ ਕਰਦਾ ਜਿਹੜੀ ਉੱਥੇ ਸੰਗਤ ਇਕੱਠੀ ਹੁੰਦੀ ਸੀ ਸਾਰੀ ਨੂੰ ਕਾਂਗਰਸ ਨਾਲ ਰਲੀ ਨਹੀਂ ਕਹਿੰਦੇ ਲੋਕਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਨਾਂ ਦੇ ਉੱਤੇ ਭੜਕਾ ਕੇ ਇਕੱਠੇ ਕੀਤਾ ਜਾ ਰਿਹਾ ਮੈਂ ਫਿਰ ਬੇਨਤੀ ਕਰਦਾ ਜੇ ਕਾਂਗਰਸ ਕੋਲੇ ਜਿਹਦੇ ਕੋਲੇ ਖਿਲਾਫ਼ ਵੀ ਸਬੂਤ ਹੈ ਤੇ ਉਹਨੂੰ ਫੜ ਕੇ ਅੰਦਰ ਕਰੇ ਤੇ ਇਹ ਗੱਲ ਨਾ ਕਰੇ ਦੂਜੀ ਗੱਲ ਮੰਡ ਸਾਹਿਬ ਦੀ ਜਿਹੜੀ ਤੁਸੀਂ ਕਹਿੰਦੇ ਹੋ ਵੀ ਸਿਆਸਤ ਨਾਲ ਉਹ ਕਹਿੰਦਾ ਮੇਰਾ ਕੋਈ ਵਾਸਤਾ ਨਹੀਂ ਕਹਿੰਦਾ ਕੀ ਸੀ ਸਰਕਾਰਾਂ ਵੀ ਤੁਹਾਡੀਆਂ ਹੋਣਗੀਆਂ ਮੈਂਬਰ ਪਾਰਲੀਮੈਂਟ ਵੀ ਤੁਹਾਡੇ ਹੋਣਗੇ ਐਸਜੀਪੀਸੀ ਤੇ ਕਬਜ਼ਾ ਵੀ ਤੁਹਾਡਾ ਹੋਏਗਾ ਤੇ ਕਾਗਜ਼ ਭਰ ਦਿਓ ਤੇ ਕੋਈ ਪੈਸੇ ਖਰਚਣ ਦੀ ਲੋੜ ਨਹੀਂ ਮੈਂ ਮੰਨ ਨਹੀਂ ਕਿਹਾ ਸੀ ਕਿਲੇ ਮੈਂ ਤਾਂ ਨਹੀਂ ਇੱਕ ਮਿੰਟ ਮੈਨੂੰ ਥੋੜਾ ਵੱਡਾ ਟੇਲੋ ਸਵਾਲ ਮੇਰਾ ਖਿਆਲ ਆ ਕਿਸੇ ਕਿਸਮ ਦੇ ਸਬੂਤ ਦੀ ਨਹੀਂ ਲੋੜ ਐਨ ਨੰਬਰ ਆਫ ਟਾਈਮਸ ਦਾਦੋਵਾਲ ਨੇ ਤੇ ਮੰਡ ਸਾਹਿਬ ਨੇ ਇਹ ਗੱਲ ਉੱਥੇ ਮੀਡੀਆ ਦੇ ਸਾਹਮਣੇ ਕਹੀ ਆ ਔਰ ਰਿਕਾਰਡਡ ਆ ਕਿ ਸਾਡੀ ਲਗਾਤਾਰ ਗੱਲਬਾਤ ਚੱਲਦੀ ਆ ਸਰਕਾਰ ਦੇ ਨਾਲ ਹਰ ਰੋਜ਼ ਸਾਡੀ ਗੱਲਬਾਤ ਚੱਲਦੀ ਲਿਸਨ ਟੂ ਮੀ ਉਹ ਲਗਾਤਾਰ ਇਹ ਕਹਿੰਦੇ ਤੁਰੇ ਆ ਰਹੇ ਆ ਵੀ ਸਾਡੀ ਲਗਾਤਾਰ ਸਰਕਾਰ ਦੇ ਨਾਲ ਗੱਲਬਾਤ ਚੱਲ ਰਹੀ ਹੈ ਜੇ ਸਰਕਾਰ ਨਾਲ ਗੱਲਬਾਤ ਚੱਲ ਰਹੀ ਹੈ ਤਾਂ ਸਰਕਾਰ ਦੀ ਉਹ ਮਰਜ਼ੀ ਚੱਲ ਰਹੀ ਹੈ ਨਾ ਉੱਥੇ ਸੁਪਰੀਮੇਸੀ ਸਰਕਾਰ ਦੀ ਆ ਨਾ ਕਿ ਕਿਸੇ ਇੰਡੀਵਿਜੂਅਲ ਦੀ ਤਾਂ ਇਹ ਗੱਲ ਤਾਂ ਫਿਰ ਮਤਲਬ ਉਸ ਦੀ ਡਾਇਲੋਗ ਹੋਏਗਾ ਸ਼ੁੱਡ ਬੀ ਓਵਰ ਦੀ ਟੇਬਲ ਨਾਟ ਅੰਡਰ ਦੀ ਟੇਬਲ ਤੇ ਫਿਰ ਮੈਨੂੰ ਇੱਕ ਸਵਾਲ ਜਵਾਬ ਦੇ ਦੋ ਦਾਦੂਵਾਲ ਤੇ ਮੰਡ ਨੂੰ ਖੜਾ ਕੀਤਾ ਸਿਮਰਜੀਤ ਮਾਨ ਨੇ ਔਰ ਉਸ ਇਕੱਠ ਨੂੰ ਹਾਈਜੈਕ ਕਰਕੇ ਉਸਨੇ ਆਪਣੇ ਪੰਜ ਮੋਸਟ ਫੇਵਰੇਟ ਬੰਦੇ ਜਿਹੜੇ ਸੀ ਉਹਨਾਂ ਨੂੰ ਮੁਤਵਾਜ਼ੀ ਜਿਹਨੂੰ ਤੁਸੀਂ ਕਹਿੰਦੇ ਹੋ ਜਥੇਦਾਰ ਲਗਾ ਤੇ ਅੱਡ ਅੱਡ ਜਗ੍ਹਾ ਤੇ ਇੱਕ ਜਥੇਦਾਰ ਇਹੋ ਜਿਹਾ ਹੈ ਜਿਹੜਾ ਹਲੇ ਤੱਕ ਇਹ ਕਹਿ ਰਿਹਾ ਸੰਤ ਜਰਨੈਲ ਸਿੰਘ ਜਿਉਂਦਾ ਮਤਲਬ ਇਮੈਜਿਨ
ਕਿਹਨਾਂ ਬੰਦਿਆਂ ਨੂੰ ਅੱਗੇ ਕਰ ਰਿਹਾ ਸਿਮਰਜੀਤ ਸਿੰਘ ਮਾਨ? ਤੁਸੀਂ ਇੱਕ ਗੱਲ, ਤੁਸੀਂ ਇੱਕ ਗੱਲ ਹੁਣੇ ਇਹ ਵੀ ਕਹੀ ਆ ਡਾਕਟਰ ਲੋ, ਤੁਸੀਂ ਇਹ ਗੱਲ ਕਹੀ ਆ ਕਿ ਉੱਥੇ ਸਿਆਸਤ ਦੇ ਚਰਚੇ ਹੁੰਦੇ ਸੀਗੇ, ਮੀਡੀਆ ਸਾਹਮਣੇ ਉਹਨਾਂ ਨੇ ਗੱਲ ਕਹੀ ਆ, ਫਿਰ ਉਹਨਾਂ ਨੇ ਸਿਆਸੀ ਤੌਰ ਤੇ ਕੀ ਹਾਸਲ ਕਰ ਲਿਆ ਜੇ ਤੁਸੀਂ ਕਹਿੰਦੇ ਇਨਸਾਫ ਨਹੀਂ ਲੈ ਸਕੇ? ਸਿਆਸੀ ਤੌਰ ਤੇ ਕੀ ਹਾਸਲ ਕਰ ਲਿਆ? ਸਿਆਸੀ ਤੌਰ ਤੇ ਉਹਨਾਂ ਦਾ ਇੰਨਾ ਵਿਜ਼ਨ ਹੀ ਨਹੀਂ ਸੀ, ਇੰਨੀ ਉਹਨਾਂ ਦੀ ਪਰਸਨੈਲਿਟੀ ਨਹੀਂ ਸੀ, ਐਡਾ ਵੱਡਾ ਆਊਟਲੁੱਕ ਨਹੀਂ ਸੀ ਕਿ ਕੁਝ ਅਚੀਵ ਕਰ ਸਕਦੇ, ਕਿਉਂਕਿ ਛੋਟੇ ਸਵਾਰ ਕਿਹਨੇ ਹਾਸਲ ਕੀਤਾ? ਛੋਟੇ ਸਵਾਰ ਹਾਸਲ ਕਿਹਨੇ ਕੀਤਾ? ਫਿਰ ਕਿਸੇ ਗਵਰਨਮੈਂਟ ਨੇ, ਗਵਰਨਮੈਂਟ ਨੇ ਹਾਸਲ ਕੀਤਾ? ਗਵਰਨਮੈਂਟ ਪੰਜਾਬ ਦੀ ਸਰਕਾਰ ਅਚੀਵ ਕਰ ਗਈ। ਜਰਿੰਦਰ ਵਾਲੀ ਤੁਹਾਡੇ ਤੇ ਇਲਜ਼ਾਮ ਹੈ, ਤੁਸੀਂ ਡਿਸਕ੍ਰੈਡਿਟ ਕਰਤਾ, ਤੁਸੀਂ ਡਿਸਕ੍ਰੈਡਿਟ ਕਰ ਦਿੱਤਾ, ਤੁਸੀਂ ਆਪਣੇ ਵਿਰੋਧੀਆਂ ਨੂੰ ਟੋਟਲੀ ਡਿਸਕ੍ਰੈਡਿਟ ਕਰ ਦਿੱਤਾ, ਤੁਸੀਂ ਹਾਸਲ ਕੀਤਾ? ਮੇਰੀ ਗੱਲ ਸੁਣੋ, ਇਹ ਲੋਕਤੰਤਰ, ਇਹ ਸਿਰਫ ਮੈਂ ਹੁਣ ਕੀ ਵਰਡ ਕਹਾਂ, ਇਹੋ ਜਿਹਾ ਚੰਗਾ ਜਾਂ ਨਹੀਂ ਲੱਗਦਾ ਕਹਿੰਦੇ, ਮੇਰੇ ਤੋਂ ਦੋਨੋਂ ਵੱਡੇ ਨੇ, ਮਤਲਬ ਇਹ ਕਹਿੰਦਾ ਆਪਾਂ ਆਪਣੇ ਆਪ ਨੂੰ ਵੀ ਬਦਨਾਮ ਕਰੀ ਜਾਂਦੇ ਹਾਂ, ਅਗਰ ਇਹਨਾਂ ਨੇ ਹੁਣ ਕਹਿੰਦੇ ਸਰਕਾਰ ਨਾਲ ਡਾਲੇ, ਅਗਰ ਇਹ ਸਰਕਾਰ ਨਾਲ ਗੱਲ ਨਹੀਂ ਕਰਨਗੇ ਤੇ ਵਿਰੋਧ ਤਾਂ ਨਹੀਂ ਹੋਏਗੀ, ਅਗਰ ਸਰਕਾਰ ਗੱਲ ਨਹੀਂ ਕਰੇਗੀ ਤੇ ਵਿਰੋਧ ਤਾਂ ਹੋਏਗੀ। ਜਿਹੜਾ 2 ਲੱਖ ਬੰਦਾ ਉੱਥੇ ਇਕੱਠਾ ਹੋਇਆ ਕਿ ਸਰਬਤ ਖਾਲਸਾ 'ਚ, ਸਰਕਾਰ ਨੇ ਉਹਨਾਂ ਨਾਲ ਗੱਲ ਨਹੀਂ ਕੀਤੀ ਤਾਂ ਹੋਇਆ। ਅੱਜ ਵੀ ਅਸੀਂ ਇਹੋ ਜਿਹਾ ਮਾਹੌਲ ਪੈਦਾ ਕਰ ਦਈਏ ਪੰਜਾਬ 'ਚ, ਅਸੀਂ ਕਹਿੰਦੇ ਕਿ ਅਸੀਂ ਸ਼ਾਂਤੀ ਪ੍ਰੀਏ ਰੱਖਣਾ ਚਾਹੁੰਦੇ ਹਾਂ ਪੰਜਾਬ ਨੂੰ, ਅਸੀਂ ਗੋਲੀ ਨਹੀਂ ਚਲਵਾਉਣਾ ਚਾਹੁੰਦੇ ਪੰਜਾਬ ਦੇ ਅੰਦਰ, ਅਸੀਂ ਹੱਥ ਜੋੜ ਕੇ ਕੰਮ, ਇੱਕ ਸੈਕਿੰਡ ਸਰ ਹੁਣ ਮੈਨੂੰ ਬੋਲ ਲੈਂਦੇ ਮੈਂ, ਅਸੀਂ ਅਗਰ ਤੁਸੀਂ ਕੀ ਸਮਝਦੇ ਅਗਰ ਸਰਕਾਰ ਨਾਲ ਉਹ ਗੱਲ ਨਾ ਕਰਨ ਤੇ ਉੱਥੇ ਅੱਗ ਲੱਗ ਜੇ, ਅਸੀਂ ਇਹ ਕਹਿੰਦੇ ਆ ਕਿ ਸਰਕਾਰ ਨਾਲ, ਯਾਨੀ ਕਿ ਤੁਸੀਂ ਮੋਰਚਾ ਚੱਕਵਾਇਆ ਫਿਰ? ਨਾ, ਬਿਲਕੁਲ ਉਹੀ ਗੱਲ, ਅਸੀਂ ਅਗਰ ਇਹ ਆਪ ਕਹਿ ਰਹੇ ਨੇ, ਤੁਹਾਡੇ ਸਾਹਮਣੇ ਬੈਠੇ ਨੇ ਲੀਗਲ ਸੈਲ ਦੇ ਐਡਵੋਕੇਟ ਸਾਹਿਬ ਬੈਠੇ ਨੇ, ਉਹਨਾਂ ਨੇ ਗੱਲ ਕੀਤੀ ਸਰਕਾਰ ਨਾਲ ਗੱਲਬਾਤ ਹੋਈ, ਉਹਨਾਂ ਨੇ ਮੰਗਾਂ ਦੀ, ਇਹਨਾਂ ਨੂੰ ਤਾਂ ਇਤਰਾਜ਼, ਇੱਕ ਗੱਲ ਦਾ, ਇੱਕ ਸੈਕਿੰਡ ਮੈਨੂੰ ਗੱਲ ਕਰ ਲੈਣ ਦਿਓ, ਇਹਨਾਂ ਦਾ ਤਾਂ ਇਤਰਾਜ਼ ਵੀ ਉੱਥੇ ਮੰਤਰੀ ਗਏ ਤੇ ਕਾਂਗਰਸੀ ਹੋ ਗਏ, ਇਹਨਾਂ ਨੇ ਮੁੱਖ ਮੰਤਰੀ ਨਾਲ ਗੱਲ ਕੀਤੀ ਤੇ ਕਾਂਗਰਸੀ, ਅਗਰ ਉਹਨਾਂ ਨਾਲ ਆਪਾਂ ਗੱਲ ਹੀ ਨਹੀਂ ਕਰਾਂਗੇ, ਆਪਾਂ ਸਰਕਾਰ ਨਾਲ, ਅਗਰ ਸਰਕਾਰਾਂ ਨਾਲ ਗੱਲ ਨਹੀਂ ਹੋਈ ਤੇ ਅਕਾਲੀ ਦਲ ਨੇ ਨਹੀਂ ਕੀਤੀ ਹੈਗੀ, ਤਾਂ ਇਹੋ ਜਿਹੀਆਂ ਗੱਲਾਂ ਹੋ ਰਹੀਆਂ ਪੰਜਾਬ। ਰੰਜਨ ਲਖਪਾ ਲਾਸਟ ਪੁਆਇੰਟ, ਦੇਖੋ ਜੀ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜੇ ਮੋਰਚਾ ਨੇ ਗੱਲ ਕੀਤੀ, ਗੱਲ ਵੀ ਕੀਤੀ ਜੇ ਹੋਵੇ ਜੇ ਸਰਕਾਰ ਨਾਲ, ਕਿ ਬੰਦੇ ਜਿਹੜੇ ਕਈ ਸਾਲਾਂ ਤੋਂ ਜੇਲ੍ਹਾਂ 'ਚ ਬੈਠੇ ਨੇ ਉਹਨੂੰ ਛੁੜਾਇਆ ਜਾਏ, ਜਾਂ ਸਰਕਾਰ ਤੀਜੀ ਮੰਗ ਹੈ, ਮੈਂ ਨਹੀਂ ਖੜਾ, ਮੈਂ ਦੋ ਮੰਗਾਂ ਹੋਰ ਵੀ ਸੀਗੀਆਂ। ਉਹ ਵੱਡੀ ਗੱਲ ਮੰਗ ਆ ਮੇਰੇ ਹਿਸਾਬ ਨਾਲ ਕਿ ਜਿਹੜੇ ਬੰਦਿਆਂ ਨੇ ਕਈ ਸਾਲਾਂ, 20-20 ਸਾਲ, 25-25 ਸਾਲ ਤੋਂ ਜੇਲ੍ਹ 'ਚ ਵੱਧ ਰਹੇ, ਜੇ ਅਸੀਂ ਸਰਕਾਰ ਦੀ ਮਦਦ ਲੈ ਕੇ ਉਹਨੂੰ ਛੁੜਾ ਸਕੀਏ, ਉਸ ਕੀ ਮਾੜਾ ਹੈਗਾ? ਹੋਰ ਇਸ ਤੋਂ ਵੱਧ ਕੀ ਵੇਚਣਗੇ ਔਰ ਮੈਨੂੰ, ਮੈਂ ਕਾਂਗਰਸ ਤੋਂ ਬਾਲੀ ਸਾਹਿਬ ਤੋਂ ਸਿੱਖ ਪੰਥ ਉਹਨਾਂ ਤੇ ਟਿਕਿਆ ਸੀ, ਸਾਰੀ ਦੁਨੀਆਂ ਦੇ ਸਿੱਖਾਂ ਨੇ ਉਹਨਾਂ ਦੇ ਇਤਬਾਰ ਕੀਤਾ, ਗੁਰੂ ਗ੍ਰੰਥ ਸਾਹਿਬ ਵਾਸਤੇ ਉਹਨਾਂ ਨਾਲ ਖੜੇ ਹੋ ਗਏ ਔਰ ਸਾਰਿਆਂ ਨੂੰ ਉਹਨਾਂ ਨੇ ਧੋਖਾ ਦਿੱਤਾ, ਸਟੈਪ ਬਿਹਾਈਂਡ। ਇਸ ਤੋਂ ਬਾਅਦ ਹੋਰ ਸਿੱਖ ਪੰਥ ਕੌਣ ਹੁੰਦਾ? ਮੈਂ ਤਾਂ ਪੁੱਛਿਆ ਸਿੱਧੂ ਸਾਹਿਬ ਕੀ ਪੁੱਛਣਾ? ਅੱਛਾ ਦੂਜੀ, ਹਾਂ ਬਾਲੀ ਸਾਹਿਬ ਤੋਂ ਇਹ ਪੁੱਛਣਾ ਚਾਹੁੰਦਾ, ਇਹਨਾਂ ਨੇ ਦੇਖੋ ਉਹਨਾਂ ਨੂੰ ਪ੍ਰੈਸ਼ਰਾਈਜ਼ ਕਿਵੇਂ ਕੀਤਾ, ਆਲ ਰਾਊਂਡ ਉਹਨਾਂ ਨੂੰ ਪ੍ਰੈਸ਼ਰਾਈਜ਼ ਕੀਤਾ। ਮੈਨੂੰ ਬਾਲੀ ਸਾਹਿਬ ਇਹ ਦੱਸੋ ਵੀ ਜਾਕਰ ਮੂਸਾ 15 ਦਿਨ ਪਹਿਲਾਂ ਅੰਮ੍ਰਿਤਸਰ 'ਚ ਦੇਖਿਆ ਗਿਆ, ਫਿਰ ਤੁਸੀਂ ਉਹਨਾਂ ਨੂੰ ਹੌਲੀ ਹੌਲੀ ਮੋਗੇ ਲੈ ਗਏ ਜਾਕਰ ਮੂਸਾ ਨੂੰ, ਫਿਰ ਤੁਸੀਂ ਬਠਿੰਡੇ ਉਹਨਾਂ ਦੇ ਮੋਰਚੇ ਦੇ ਕੋਲ ਲੈ ਗਏ, ਹੁਣ ਕਿੱਥੇ ਗਿਆ ਜਾਕਰ ਮੂਸਾ? ਮੋਰਚਾ ਉੱਠ ਗਿਆ। ਦੇਖੋ ਮੈਂ ਫਿਰ ਵੀ ਗੱਲ ਕਰਾਂਗਾ ਸਿੱਧੂ ਸਾਹਿਬ, ਮੋਰਚਾ ਉੱਠ ਗਿਆ, ਜਾਕਰ ਮੂਸਾ ਕਿੱਥੇ ਗਿਆ? ਇੱਕ ਸੈਕਿੰਡ ਸਰ, ਮੈਨੂੰ ਜਵਾਬ ਲੈ ਲਓ। ਦੇਖੋ ਮਾਨਿਓ, ਮੈਂ ਤੁਹਾਡਾ ਸਤਿਕਾਰ ਕਰਦਾ, ਤੁਸੀਂ ਆਰਮੀ ਪਰਸਨ ਹੋ, ਇਹੋ ਜਿਹੀਆਂ ਗੱਲਾਂ ਕਰਨੀਆਂ ਆਪਣੀ ਜੀ। ਬਰਾੜ ਫੜਾ ਲਾਸਟ ਕਮੈਂਟ, ਚਾਂਜੀ ਬਰਾੜ ਆਪਣੇ ਜੇ ਸਰਕਾਰ ਰਲੀ ਹੋਈ ਨਾ ਹੁੰਦੀ ਤਾਂ ਜਿਹੜੀਆਂ ਗੱਲਾਂ ਹੋਈਆਂ ਮੀਡੀਆ ਦੇ ਤੇ ਸਾਰੇ ਬੰਦਿਆਂ ਦੇ ਸਾਹਮਣੇ ਹੁੰਦੀਆਂ। ਪਹਿਲਾਂ ਤਾਂ ਜੇ ਸੱਦ ਕੇ ਕੋਠੀ ਕਰਨੀ ਹੈ ਤਾਂ ਮੇਰਾ ਫੋਨ ਉੱਥੇ ਹੈ ਜੀ, ਫਲਾਨਾ ਹੈ ਜੀ, ਮੈਂ ਤਾਂ ਉੱਥੇ ਹਾਂ, ਤੇ ਜਦੋਂ ਮੀਡੀਆ ਨੇ ਫੜ ਲਿਆ ਫਿਰ ਗੱਲ ਸਾਹਮਣੇ ਆ ਗਈ। ਫਿਰ ਜਦੋਂ ਮੰਤਰੀ ਸਾਹਿਬਾਨ ਉੱਥੇ ਜਾਂਦੇ ਆ ਫਿਰ ਗੱਡੀਆਂ 'ਚ ਬਹਿ ਕੇ ਪਾਸੇ ਇੱਕ ਸੌਦੇਬਾਜ਼ੀ ਕੀ ਕਰਦੇ ਆ, ਫਿਰ ਜਦੋਂ ਹੁਣ ਵੀ ਮੋਰਚੇ 'ਚ ਗਏ ਆ ਤਾਂ ਉਹ ਕਹਿੰਦੇ ਕੋਈ ਨਹੀਂ ਅਸੀਂ ਅਨਾਊਂਸਮੈਂਟ ਨਹੀਂ ਕਰ ਸਕਦੇ। ਅਨਾਊਂਸਮੈਂਟ ਨੂੰ ਉੱਥੇ ਗ੍ਰਾਂਟ ਦੇਣੀ ਸੀਗੀ ਜਾਂ ਉੱਥੇ ਕੋਈ ਨੀਂਹ ਪੱਥਰ ਰੱਖਣਾ ਸੀਗਾ, ਜਿਹੜੀਆਂ ਗੱਲਾਂ ਸੱਚ ਦੱਸਣਾ ਸੀ ਸਾਹਮਣੇ ਮਾਈਕ ਤੇ। ਇਸ ਕਰਕੇ ਸਰਕਾਰ ਨੇ ਜਾਣ ਬੁੱਝ ਕੇ ਸਾਨੂੰ ਬਦਨਾਮ ਕਰ ਲਈ, ਮੋਰਚਾ ਖੜਾ ਕੀਤਾ ਗਿਆ ਸੀ ਦੋ ਆਪਦੇ ਬੰਦਿਆਂ ਦੇ। ਇਹ ਕਹਿ ਰਿਹਾ ਅਕਾਲੀ ਦਲ ਫਿਰ ਕਹਿ ਰਿਹਾ ਸੌਦੇਬਾਜ਼ੀ ਹੋਈ ਹੈ, ਇੱਕ ਮਿੰਟ ਪਲੀਜ਼, ਇੱਕ ਮਿੰਟ, ਬਿਲਕੁਲ ਸੌਦੇਬਾਜ਼ੀ ਕੀਤੀ ਸੀ, ਇੱਕ ਮਿੰਟ ਲੈ ਲਓ ਫਟਾਫਟ ਲਾ, ਬਿਲਕੁਲ ਸੌਦੇਬਾਜ਼ੀ ਹੈਗਾ। ਗੱਲ ਇਹ ਹੈਗੀ ਹੈ ਕਿ ਦੇਖੋ ਅਸੀਂ ਤਾਂ ਇਹੋ ਜੀ ਗੱਲ ਨਹੀਂ ਕਰਦੇ, ਤੁਹਾਨੂੰ ਲੋਕਾਂ ਨੇ ਪੰਜਾਬ ਦੇ ਨਹੀਂ ਨਿਬੇੜ, ਇਸ ਮੋਰਚੇ ਦੇ ਵਿੱਚ 3 ਬੰਦਿਆਂ ਦੀ ਟੋਟਲ ਕ੍ਰੈਡੀਬਿਲਿਟੀ ਖਤਮ ਹੋ ਗਈ।
सिख सेंटीमेंट्स जिन्होंने इतबार किया इन्होंने उत्ते भी सानू कोई सालवेशन लैके देंगे सानू आ जड़ियाँ जायज साड़ियाँ डिमांड्स है सानू फुलफिल कर देंगे दे हैव बिन बिट्रेड एंड दे हैव बिन बिट्रेड वेरी बैडली इट्स ए बिग शॉक टू द इंटायर सिख पंथ वैदर लिविंग इन इंडिया और अबराड चलो मैं जाते जाते भी दस दाँ कि बरगाड़ी इंसाफ मोर्चे दाप्तियां दसिया गई सोशल मीडिया से उन्हें दिलबाग सिंह बाघा का जिक्र किया गया टाडा एक्ट की नजरबंद से रिहाई करवाई हरनेक सिंह पप का जिक्र किया गया कि जयपुर जेल में नजरबंद छुड़ा लिया जाएगा तो फिर जोड़ा मुआवजा दिता गया उनकी गल की गई है होर जस्टिस रणजीत सिंह कमीशन की रिपोर्ट जनता करवाने की गल की गई है ये प्राप्तियां दसिया गई बरगाड़ी मल के भगता भाई के दोषी गिरफ्तार किए गए ये सारिया प्राप्तियां सोशल मीडिया से दसिया जा रही है प्राप्तियां की है तुम बेहतर जानते हो बहुत धनबाद रंजन लखनपाल कैप्टन जनरल सिद्धू गुरिंदर बाली चंजी बराड़ डॉक्टर ढिल्लो बहुत धनबाद बरगाड़ी इंसाफ मोर्चा लग्या अगला पड़ा किहड़े मोर्चे का होगा पता नहीं पर किहड़े मोर्चे की लड़ाई तो कौम विश्वास करेगी इसका फैसला कौम ही करेगी बहुत धन्यवाद।